ਹਾਂਜੀ ਬੱਚੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦਵਿੰਦਰ ਸਿੱਧੂ ਥੋੜਾ ਸਾਰਿਆਂ ਦਾ ਸਵਾਗਤ ਕਰਦਾ ਸਕਸੈਸ ਟਰੀ ਪੰਜਾਬ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਘੈਂਟ ਹੋਵੋਗੇ ਕਨਫਰਮ ਕਰ ਦਿਓ ਆਵਾਜ਼ ਆ ਰਹੀ ਹੈ ਇੱਕ ਵਾਰੀ ਕਨਫਰਮ ਕਰ ਦਿਓ ਜਿੰਨੇ ਵੀ ਬੱਚੇ ਹੈਗੇ ਹੈ ਕਲੀਅਰ ਹੈ ਥੈਂਕ ਯੂ ਗੋ ਫॉर ਕਨਫਰਮਿੰਗ ਕਰਨ ਜੀ ਰਿਆਸਤ ਜੀ ਹਿਮਾਂਸ਼ੂ ਰਜਿੰਦਰ ਸਾਰਿਆਂ ਨੂੰ ਪਿਆਰ ਭਰੀ ਸ਼ਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੋ ਬੱਚੋ ਅੱਜ ਜਿਹੜਾ ਆਪਣੇ ਟੌਪਿਕ ਕਰਨੇ ਹਨ ਨਾ ਆਊਟ ਆਫ ਦਾ ਬਲੂ ਤੁਹਾਡੇ ਲਈ ਲੈ ਕੇ ਆਏ ਆਂ ਪੰਜਾਬ ਜੀ ਕੇ ਆਪਾਂ ਕਲਾਸਿਸ ਬਿਜ਼ੀ ਹੋਣ ਪਰ ਮੰਡੇ ਟੂ ਮੰਡੇ ਹੁਣ ਮੈਂ ਤੁਹਾਡੇ ਨਾਲ ਲੈ ਕੇ ਆਇਆ ਕਰੂੰਗਾ ਸੋ ਐਦਾਂ ਦੇ ਹੀ ਟੌਪਿਕ ਰੱਖਾਂਗੇ ਐਮਸੀਕਿਊਸ ਆਪਾਂ ਨੇ ਬਹੁਤ ਕੀਤੇ ਹੋਏ ਨੇ ਸੋ ਮੈਂ ਸੋਚਿਆ ਵੀ ਚਲੋ ਥਿਉਰੀ ਕਰਦੇ ਹਾਂ ਹਨਾ ਜੀ ਸੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਉਹਨਾਂ ਇੱਕ ਪੋਰਸ਼ਨ 1849 ਦੇ ਵਿੱਚ ਜਦੋਂ ਜਿਹੜੀ ਹੈ ਅੰਗਰੇਜ਼ੀ ਹਕੂਮਤ ਜਦੋਂ ਪੰਜਾਬ ਨੂੰ ਕੈਪਚਰ ਕਰ ਲੈਂਦੀ ਆ ਉਸ ਪੁਆਇੰਟ ਤੱਕ ਮਹਾਰਾਜਾ ਰਣਜੀਤ ਸਿੰਘ ਜਦੋਂ ਸਟਾਰਟ ਹੁੰਦੇ ਨੇ ਜਦੋਂ ਮਿਸਲਾਂ ਹੁੰਦੀਆਂ ਨੇ ਤੇ 1849 ਤੱਕ ਦਾ ਟਾਈਮ ਪੀਰੀਅਡ ਬਹੁਤ ਡਿਟੇਲ ਦੇ ਵਿੱਚ ਕਰਾਂਗੇ ਥਿਉਰੀ ਕਰਾਂਗੇ ਤੇ ਕੁਝ ਨਵੀਆਂ ਗੱਲਾਂ ਇਹਦੇ ਜੋ ਸਿੱਖੇ ਜਾਵਾਂਗੇ ਸੈਸ਼ਨ ਨੂੰ ਸ਼ੁਰ ਠੀਕ ਹੈ ਜੀ ਤੇ ਸ਼ੇਅਰ ਵੀ ਜਰੂਰ ਕਰ ਦਿਓ ਜਿੰਨੇ ਵੀ ਹੈਗੇ ਗੁੱਡ ਈਵਨਿੰਗ ਜੀ ਆਰਪੀਜੀ ਹਣਾ ਜੀ ਚਲੋ ਜੀ ਸੋ ਸਟਾਰਟ ਕਰਦੇ ਹਾਂ ਬੱਚਿਓ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਜੋ ਵੀ ਇੰਪੋਰਟੈਂਟ ਇਵੈਂਟਸ ਹੋਏ ਨੇ ਚਾਹੇ ਉਹ ਟ੍ਰੀਟੀ ਹੋਣ ਚਾਹੇ ਉਹ ਜੰਗਾਂ ਹੋਣ ਠੀਕ ਹੈ ਜੀ ਜਾਂ ਫਿਰ ਇੰਪੋਰਟੈਂਟ ਏਰੀਆਸ ਨੂੰ ਕੈਪਚਰ ਕਰਨਾ ਹੋਵੇ ਉਹ ਸਾਰਾ ਕੁਝ ਕਰਦੇ ਹਾਂ ਇੱਕ ਵਾਰੀ ਮੈਨੂੰ ਇਹ ਕਨਫਰਮ ਕਰ ਦਿਓ ਕਿ ਵੀਡੀਓ ਦੇ ਵਿੱਚ ਕੋਈ ਬਫਰਿੰਗ ਕੋਈ ਲੇਟੈਂਸੀ ਤਾਂ ਨਹੀਂ ਆ ਰਹੀ ਗੁੱਡ ਈਵਨਿੰਗ ਗੁੱਡ ਈਵਨਿੰਗ ਗੁੱਡ ਈਵਨਿੰਗ ਸੈਟ ਹੈ ਮਾਮਲਾ ਚੈਟ ਬਾਕਸੇ ਓਲਾਈ ਠੀਕ ਹੈ ਜੀ ਸੋ ਸਟਾਰਟ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਲੋ ਮੇਰੇ ਪਿਆਰੇ ਵਿਦਿਆਰਥੀਓ 1780 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ 1780 ਦੇ ਵਿੱਚ ਬੱਚਿਓ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੁੰਦਾ ਗੁਜਰਾਂਵਾਲਾ ਸਿਟੀ ਦੇ ਵਿੱਚ ਜਿਹੜਾ ਇਸ ਟਾਈਮ ਪਾਕਿਸਤਾਨ ਦੇ ਵਿੱਚ ਹੈ ਹਨਾ ਜੀ ਲੋ ਜੀ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਸੀਗੇ ਸੰਧਿਆਵਾਲੀਆਂ ਕਲੈਨ ਸੀ ਕਬੀਲਾ ਠੀਕ ਹੈ ਜੀ ਜਿਹੜੀ ਮਿਸਲ ਹੈ ਹਨਾ ਉਹ ਸ਼ੁਕਰਚੱਕੀਆ ਮਿਸਲ ਸੀ ਪਰ ਜਿਹੜਾ ਕਬੀਲਾ ਸੀ ਕਲੈਨ ਉਹ ਸੰਧਾਵਾਲੀਆਂ ਸੀਗਾ ਇਹ ਗੱਲ ਤੁਸੀਂ ਯਾਦ ਰੱਖੋਗੇ ਠੀਕ ਹੈ ਜੀ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਕਹਿੰਦੇ ਨੇ ਠੀਕ ਹੈ ਜੀ ਸ਼ੇਰੇ ਪੰਜਾਬ ਕਹਿੰਦੇ ਜੀ ਲਾਈਨ ਆਫ ਪੰਜਾਬ ਇਹ ਤੁਸੀਂ ਗੱਲ ਯਾਦ ਰੱਖੋਗੇ ਕਿਉਂਕਿ ਪੰਜਾਬ ਦੀ ਹਿਸਟਰੀ ਦੀ ਬਹੁਤ ਹੀ ਜ਼ਿਆਦਾ ਪਾਵਰਫੁਲ ਫਿਗਰ ਸੀਗੇ ਹਨਾ ਜੀ ਲਾਈਨ ਆਫ ਪੰਜਾਬ ਸ਼ੇਰੇ ਪੰਜਾਬ ਕਹਿੰਦੇ ਸੀਗੇ ਜੇ ਪੇਰੈਂਟਸ ਦੀ ਗੱਲ ਕੀਤੀ ਜਾਵੇ ਸਰਦਾਰ ਮਹਾ ਸਿੰਘ ਇਹਨਾਂ ਦੇ ਜਿਹੜੇ ਹੈ ਪਿਤਾ ਜੀ ਸੀਗੇ ਸ਼ੁਕਰ ਚੱਕਿਆ ਮਿਸਲ ਦੇ ਜਿਹੜੇ ਹੈ ਤੁਸੀਂ ਕਹਿ ਸਕਦੇ ਹੋ ਉਹਨਾਂ ਦੇ ਅੱਗੇ ਆਉਂਦੇ ਜਾਂਦੇ ਸੀ ਜਿੱਦਾਂ ਬੁੱਧ ਸਿੰਘ ਸੀਗੇ ਸਭ ਤੋਂ ਪਹਿਲੇ ਉਹਨਾਂ ਦੇ ਸਰਪ੍ਰਸਤ ਫਿਰ ਉਸ ਤੋਂ ਬਾਅਦ ਬੁੱਧ ਸਿੰਘ ਆਉਂਦੇ ਨੇ ਜੀ ਬੁੱਧ ਸਿੰਘ ਤੋਂ ਬਾਅਦ ਫਿਰ ਮਹਾ ਸਿੰਘ ਜਿਹੜੇ ਨੇ ਇਹਨਾਂ ਇਹਨਾਂ ਦੀ ਮਾਤਾ ਜੀ ਦੀ ਗੱਲ ਕੀਤੀ ਜਾਵੇ ਹਨਾ ਜੀ ਤਾਂ ਮਾਤਾ ਜੀ ਦਾ ਨਾਮ ਸੀ ਰਾਜਕੌਰ ਜਿਹੜੇ ਕਿ ਜੀਂਦ ਦੇ ਮਹਾਰਾਜਾ ਗਜਪਤ ਸਿੰਘ ਜੀ ਦੇ ਪੁੱਤਰੀ ਸੀਗੇ ਠੀਕ ਹੈ ਜੀ ਇਸ ਤੋਂ ਤੁਸੀਂ ਗੱਲ ਇਹ ਰੱਖੋਗੇ ਪਹਿਲਾਂ ਇਹਦਾ ਨਾਮ ਜੀ ਬੁੱਧ ਸਿੰਘ ਰੱਖਿਆ ਸੀਗਾ ਇਹਨਾਂ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾਂ ਬੁੱਧ ਸਿੰਘ ਹੀ ਰੱਖਿਆ ਗਿਆ ਸੀਗਾ ਪਰ ਬਾਅਦ ਵਿੱਚ ਚੇਂਜ ਕਰਕੇ ਇਹਨਾਂ ਦਾ ਨਾਮ ਰਣਜੀਤ ਸਿੰਘ ਰੱਖਿਆ ਗਿਆ ਇਹ ਤੁਸੀਂ ਗੱਲ ਫੈਕਟ ਨੂੰ ਯਾਦ ਰੱਖ ਲਿਓ ਹਨਾ ਜੀ ਇਹਦੇ ਵਿੱਚ ਅਦਰਵਾਈਜ਼ ਪੰਜਾਬ ਜੀ ਕੀ ਬੜੀ ਕਨਫਿਊਜ਼ਨ ਰਹਿੰਦੀ ਆ ਕਿ ਨਾਮ ਵੀ origignal ਕੀ ਸੀ ਹਨਾ ਵੀ ਬੁੱਧ ਸਿੰਘ ਸੀਗਾ ਰਣਜੀਤ ਸਿੰਘ ਕਾ ਮੇਰੇ ਪਹਿਲਾਂ ਬੁੱਧ ਸਿੰਘ ਹੀ ਰੱਖਿਆ ਸੀ ਸ਼ੁਕਰਚੱਕੇ ਮਿਸਲ ਦੇ ਜਿਹੜੇ ਫਾਊਂਡਰ ਸੀ ਉਹਨਾਂ ਦੇ ਨਾਮ ਤੇ ਰੱਖਿਆ ਗਿਆ ਸੀ ਪਰ ਬਾਅਦ ਚੋ ਇਹਨਾਂ ਦਾ ਨਾਮ ਚੇਂਜ ਕਰਕੇ ਅਨਜੀਤ ਸਿੰਘ ਜੀ ਰੱਖਿਆ ਗਿਆ ਠੀਕ ਹੈ ਜੀ ਤੇ ਬੱਚੇ ਸ਼ੁਕਰਚੱਕੇ ਮਿਸਲ ਤੋਂ ਬਿਲੋਂਗ ਕਰਦੇ ਸੀ ਆਬਵੀਅਸਲੀ ਹਨਾ ਜੀ ਬੁੱਧ ਸਿੰਘ ਜਿਹੜੇ ਹੈ ਫਾਊਂਡਰ ਸੀਗੇ ਸ਼ੁਕਰਚੱਕੇ ਮਿਸਲ ਦੇ ਤੇ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਬੁੱਧ ਸਿੰਘ ਨੂੰ ਅੰਮ੍ਰਿਤ ਛਕਾਇਆ ਸੀਗਾ ਗੁਰਗੋਵ ਸਿੰਘ ਜੀ ਨੇ ਇਸ ਗੱਲ ਨੂੰ ਤੁਸੀਂ ਵੀ ਤੁਸੀਂ ਯਾਦ ਰੱਖਿਓ ਜੀ ਨਾ ਅਮਰਿਸ਼ ਕਾਇਕ ਨੂੰ ਬੁੱਧ ਸਿੰਘ ਨੂੰ ਹਨਾ ਜੀ ਸ਼ੁਕਰ ਚ ਚੱਕਿਆ ਮਿਸਲ ਦੇ ਫਾਊਂਡਰ ਬੁੱਧ ਸਿੰਘ ਓਕੇ ਜੀ ਤੁਸੀਂ ਇਹ ਗੱਲ ਤੁਸੀਂ ਯਾਦ ਰੱਖਣੀ ਹੈ ਹਜੇ ਬੇਸਿਕ ਬੇਸਿਕ ਗੱਲਾਂ ਹੋ ਰਹੀਆਂ ਨੇ ਤੇ ਜਦੋਂ ਮਿਸਲ ਦੀ ਇੱਥੇ ਮੈਂ ਜ਼ਿਕਰ ਕਰ ਲਵਾਂ ਮਿਸਲ ਦਾ ਜਾਣਨਾ ਬੜਾ ਜ਼ਰੂਰੀ ਹੈ ਸ਼ੁਕਰ ਚ ਕਿ ਮਿਸਲ ਨੂੰ ਫਾਊਂਡੇਸ਼ਨ ਰੱਖਿਆ ਬੁੱਧ ਸਿੰਘ ਜੀ ਨੇ ਫਿਰ ਉਸ ਤੋਂ ਬਾਅਦ ਅਗਲੇ ਜਿਹੜੇ ਰਾਜੇ ਆਉਂਦੇ ਨੇ ਉੱਥੇ ਦੇ ਉਸ ਮਿਸਲ ਦੇ ਨੌਧ ਸਿੰਘ ਫਿਰ ਚੜਤ ਸਿੰਘ ਫੇਰ ਮਹਾ ਸਿੰਘ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੰਚੇ ਪਿਤਾ ਸੀਗੇ ਉਸ ਤੋਂ ਬਾਅਦ ਜਿਹੜਾ ਹੈ ਨਾਮ ਆਉਂਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਈ ਤੁਸੀਂ ਗੱਲ ਯਾਦ ਰੱਖਣੀ ਹੈ 12 ਸਾਲ ਦੀ ਉਮਰ ਦੇ ਵਿੱਚ ਹੀ ਇਹਨਾਂ ਦੇ ਪਿਤਾ ਜੀ ਦੀ ਡੈਥ ਹੋ ਗਈ ਸੀ ਤੇ 12 ਸਾਲ ਦੀ ਉਮਰ ਦੇ ਵਿੱਚ ਹੀ ਇਹਨਾਂ ਨੂੰ ਗੱਦੀ ਤੇ ਬੈਠਣਾ ਪਿਆ ਸੀਗਾ ਤੇ ਛੋਟੇ ਹੁੰਦੇ ਹੀ ਬੱਚੇ ਚੇਚਕ ਦੀ ਬਿਮਾਰੀ ਜਿਹਨੂੰ ਆਪਾਂ ਮਾਤਾ ਵੀ ਕਹਿ ਦਿੰਦੇ ਆ ਉਹ ਇਹਨਾਂ ਨੂੰ ਹੋ ਗਈ ਸੀਗੀ ਤੇ ਇਹਨਾਂ ਦੀ ਲੈਫਟ ਆਈ ਦੇ ਵਿੱਚ ਥੋੜੀ ਪ੍ਰੋਬਲਮ ਆ ਗਈ ਸੀ ਸੋ ਦੇਖਦਾ ਇੱਕੋ ਹੀ ਅੱਖ ਤੋਂ ਸੀਗਾ ਤੇ ਪੜਾਈ ਦੇ ਵਿੱਚ ਖੈਰ ਕੋਈ ਜ਼ਿਆਦਾ ਨਹੀਂ ਇਹਨਾਂ ਦਾ ਇੰਟਰਸਟ ਹੁੰਦਾ ਸੀ ਇਹਨਾਂ ਦਾ ਇੰਟਰਸਟ ਹੁੰਦਾ ਸੀ ਚੈਸਸ ਦੇ ਵਿੱਚ ਚੱਸ ਖੇਡਣੀ ਹਾਰਸ ਰਾਈਡਿੰਗ ਕਰਨੀ ਹੈ ਨਾ ਇਹਨਾਂ ਦੇ ਵਿੱਚ ਜਿਹੜੇ ਪ੍ਰੈਕਟੀਕਲ ਚੀਜ਼ਾਂ ਨੇ ਉਹਨਾਂ ਵਿੱਚ ਬੜਾ ਇਹਨਾਂ ਦਾ ਦਿਮਾਗ ਚੱਲਦਾ ਸੀਗਾ ਨਾ ਇਹ ਤੁਸੀਂ ਗੱਲ ਯਾਦ ਰੱਖਣੀ ਹੈ ਫਿਰ 1796 ਦੇ ਵਿੱਚ ਯਾਨੀ ਕਿ 16 ਸਾਲਾਂ ਦੀ ਉਮਰ ਦੇ ਵਿੱਚ ਹੀ ਇਹਨਾਂ ਦਾ ਵਿਆਹ ਹੋ ਗਿਆ ਕਿਹਦੇ ਨਾਲ ਵਿਆਹ ਹੋਇਆ ਨਾਮ ਯਾਦ ਰੱਖਿਓ ਮਹਿਤਾਬ ਕੌਰ ਮਹਿਤਾਬ ਕੌਰ ਨਾਲ ਵਿਆਹ ਹੋਇਆ ਤੇ ਮਹਿਤਾਬ ਕੌਰ ਬੱਚੇ ਆਪਣੇ ਕਨਈਆ ਮਿਸਲ ਦੇ ਤੋਂ ਬਿਲੋਂਗ ਕਰਦੇ ਸੀ ਕਨਈਆ ਮਿਸਲ ਤੋਂ ਕਨਈਆ ਮਿਸਲ ਦੇ ਫਾਊਂਡਰ ਕੌਣ ਨੇ ਜੈ ਸਿੰਘ ਮੈਂ ਤੁਹਾਨੂੰ ਕਿੱਦਾਂ ਯਾਦ ਕਰਾਇਆ ਜੈ ਕਨਈਆ ਲਾਲ ਕੀ ਕਿਰਾਏ ਨਾ ਜੈ ਸਿੰਘ ਫਾਊਂਡਰ ਆਫ ਕਨਈਆ ਮਿਸਲ ਹੈ ਨਾ ਇੱਥ ਸੋ ਕਨਈਆ ਮਿਸਲ ਦੇ ਉਸ ਟਾਈਮ ਦੇ ਰਾਜੇ ਗੁਰਬਖਸ਼ ਸਿੰਘ ਤੇ ਮਾਤਾ ਜੀ ਦਾ ਨਾਮ ਬੱਚੇ ਮਹਿਤਾਬ ਜੀ ਦਾ ਮਹਿਤਾਬ ਕੌਰ ਜੀ ਦਾ ਮਾਤਾ ਜੀ ਦਾ ਨਾਮ ਸਦਾ ਕੌਰ ਤੇ ਸਦਾ ਕੌਰ ਜੀ ਦਾ ਬੱਚੇ ਬਹੁਤ ਹੀ ਵੱਡਾ ਰੋਲ ਰਿਹਾ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅੱਗੇ ਲੈ ਕੇ ਜਾਣ ਨੂੰ ਪੰਜਾਬ ਨੂੰ ਯੂਨੀਫਾਈ ਕਰਨ ਦੇ ਵਿੱਚ ਪੰਜਾਬ ਨੂੰ ਇਕੱਠਾ ਕਰਨ ਦੇ ਵਿੱਚ ਬੇਸਿਕਲੀ ਉਹਨਾਂ ਨੂੰ ਜਿਹੜਾ ਤੁਸੀਂ ਕਹਿੰਦੇ ਪਾਲਣ ਪੋਸ਼ਣ ਹੈ ਰេស ਕੀਤਾ ਉਹ ਸਦਾ ਕੌਰ ਜੀ ਨੇ ਹੀ ਕੀਤਾ ਉਹਨਾਂ ਦੇ ਵਿਆਹ ਤੋਂ ਬਾਅਦ ਮਹਿਤਾਬ ਕੌਰ ਜੀ ਨਾਲ ਤੇ ਸਦਾ ਕੌਰ ਜੀ ਨੇ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਜਿਹੜਾ ਹੈ ਗਾਈਡਿੰਗ ਲਾਈਟ ਦਿਖਾਈ ਹੈ ਗਾਈਡਿੰਗ ਲਾਈਟ ਬਣੇ ਨੇ ਇਸ ਗੱਲ ਤੁਸੀਂ ਯਾਦ ਰੱਖਿਓ ਠੀਕ ਹੈ ਜੀ ਸ਼ਾਬਾਸ਼ ਬਹੁਤ ਵਧੀਆ ਲੋ ਜੀ ਉਹੀ ਗੱਲ ਇੱਥੇ ਲਿਖੀ ਹੋਈ ਹੈ ਪੰਜਾਬ ਨੂੰ ਯੂਨੀਫਾਈ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਉਸ ਤੋਂ ਬਾਅਦ ਬੱਚੇ ਪੰਜਾਬ ਨੂੰ ਯੂਨੀਫਾਈ ਕਰਨ ਇਹਨਾਂ ਨੇ 1700 80 ਦੇ ਵਿੱਚ ਜਨਮ ਹੁੰਦਾ ਹੈ 1796 ਦੇ ਵਿੱਚ ਜਿਹੜੇ ਹੈ ਇਹ ਰਾਜਾ ਬਣ ਜਾਂਦੇ ਨੇ 12 ਸਾਲ ਦੀ ਉਮਰ ਦੇ ਵਿੱਚ ਫਿਰ ਅਗਲੇ ਹੀ 3 ਸਾਲਾਂ ਦੇ ਵਿੱਚ 1799 ਦੇ ਵਿੱਚ ਬੱਚੇ ਆਪਣੇ ਸ਼ਕਤੀ ਦਾ ਪ੍ਰਦਰਸ਼ਨ ਦਿਖਾਉਣ ਨੇ ਤੇ ਲਾਹੌਰ ਜਿੱਤ ਲੈਂਦੇ ਨੇ 1799 ਦੇ ਵਿੱਚ 1799 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਲਾਹੌਰ ਜਿੱਤ ਲੈਂਦੇ ਨੇ ਲਾਹੌਰ ਜਿਹੜਾ ਉਸ ਟਾਈਮ ਦਾ ਬਹੁਤ ਹੀ ਤਕੜਾ ਇੱਕ ਤੁਸੀਂ ਕਹਿ ਸਕਦੇ ਹੋ ਵੀ ਡਿਸਟ੍ਰਿਕਟ ਸੀ ਇੱਕ ਆਪਣੇ ਆਪ ਚ ਏਰੀਆ ਸੀ ਜਿਹਨੂੰ ਉਸ ਟਾਈਮ ਬੱਚੇ ਭੰਗੀ ਸਰਦਾਰ ਜਿਹੜੇ ਨੇ ਭੰਗੀ ਸਰਦਾਰ ਉਹਨੂੰ ਕੀ ਕਰਦੇ ਸੀ ਰੂਲ ਕਰ ਰਹੇ ਸੀ ਉਸ ਵਕਤ ਭੰਗੀ ਸਰਦਾਰ ਹਣਾ ਜੀ ਉਸ ਵੇਲੇ ਕਿਹੜੇ ਕਿਹੜੇ ਸੀ ਭੰਗੀ ਸਰਦਾਰ ਚੇਤ ਸਿੰਘ ਸਾਹਿਬ ਸਿੰਘ ਤੇ ਮਿਹਰ ਸਿੰਘ ਇਹ ਤਿੰਨ ਬੱਚੇ ਉਸ ਟਾਈਮ ਪ੍ਰਤੀਨਿਧਕ ਕਰ ਰਹੇ ਸੀਗੇ ਭੰਗੀ ਮਿਸਲ ਦਾ ਤੇ ਜੇ ਕੋਈ ਪੁੱਛ ਲਵੇ ਰਿਵੀਜ਼ਨ ਹੀ ਕਰਵਾ ਰਹਿਆ ਭੰਗੀ ਮਿਸਲ ਵੀ ਆਪਣੇ ਆਪ ਚ ਇੱਕ ਮਿਸਲ ਈ ਆਬਵੀਅਸਲੀ 12 ਮਿਸਲਾਂ ਚੋਂ ਇੱਕ ਮਿਸਲ ਸੀ ਤੇ ਉਹਨਾਂ ਦੇ ਫਾਊਂਡਰ ਕੌਣ ਸੀ ਹਰੀ ਸਿੰਘ ਢਿੱਲੋਂ ਜੀ ਇਹ ਤੁਸੀਂ ਯਾਦ ਰੱਖਣਾ ਭੰਗੀ ਮਿਸਲ ਦੇ ਫਾਊਂਡਰ ਕੌਣ ਸੀਗੇ ਹਰੀ ਸਿੰਘ ਢਿੱਲੋਂ ਜਿਹਦੇ ਮੈਂ ਆਪ ਆਪਣੀ ਕਨਈਆ ਮਿਸਲ ਕੀਤੀ ਸੀ ਨਾ ਹਰੀ ਸਿੰਘ ਢਿੱਲੋਂ ਕਨਈਆ ਮਿਸਲ ਦੇ ਤਾਂ ਜੈ ਸਿੰਘ ਸੀਗੇ ਤੋਂ ਐਵੇਂ ਹੀ ਭੰਗੀ ਮਿਸਲ ਦੇ ਫਾਊਂਡਰ ਹਰੀ ਸਿੰਘ ਢਿੱਲੋਂ ਜੀ ਲੋ ਜੀ ਇਹ ਵੀ ਹੋ ਗਿਆ ਮੈਪ ਇਹਦੇ ਵਿੱਚ ਮੈਂ ਸਾਰੇ ਪਾਤੇ ਹੋਏ ਦੇਖੋ ਜੇ ਉਸ ਟਾਈਮ ਦੇ ਮੈਪ ਦੇ ਵਿੱਚ ਦੇਖਿਆ ਜਾਵੇ ਤਾਂ ਲਾਹੌਰ ਆਪਿਆ ਬੱਚੇ ਦੇਖੋ ਨਾ ਅੰਮ੍ਰਿਤਸਰ ਦੇ ਬਿਲਕੁਲ ਨਾਲ 1799 ਦੇ ਵਿੱਚ ਬੱਚੇ ਇਹਨਾਂ ਨੇ ਜਿਹੜਾ ਹੈ ਲਾਹੌਰ ਜਿੱਤੇ ਆ ਉਸ ਟਾਈਮ ਦਾ ਬਹੁਤ ਹੀ ਜਿਹੜਾ 12 ਮਿਸਲਾਂਾਂ ਦੇ ਵਿੱਚ ਸਭ ਤੋਂ ਤਕੜੀ ਮਿਸਲ ਮਿਸਲ ਹੈ ਜਿਹੜੀ ਭੰਗੀ ਮਿਸਲ ਨੂੰ ਨਿਆ ਜਾਂਦਾ ਸੀ ਤਿੱਪੰਗੀ ਮਿਸਲ ਉਸ ਟਾਈਮ ਲਾਹੌਰ ਤੇ ਅੰਮ੍ਰਿਤਸਰ ਦੋਨਾਂ ਤੇ ਰਾਜ ਕਰਦੇ ਸੀ ਜੁਦੇ ਨੇ 1700 ਦੇ ਵਿੱਚ ਲਾਹੌਰ ਜਿੱਤ ਲਿਆ ਪੋਲਿਟਿਕਲ ਕੈਪੀਟਲ 1805 ਦੇ ਵਿੱਚ ਇਹ ਅੰਮ੍ਰਿਤਸਰ ਜਿੱਤ ਲੈਂਦੇ ਨੇ ਵੈਸੇ ਅੰਮ੍ਰਿਤਸਰ ਤੋਂ ਜਿੱਤਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਇਹਨੇ ਰਾਜਾ ਘੋਸ਼ਿਤ ਕਰਤਾ ਸੀ 1801 ਦੇ ਵਿੱਚ ਉਹ ਵੀ ਮੈਂ ਤੁਹਾਨੂੰ ਕਰਵਾ ਦੂੰਗਾ ਪਰ ਯਾਦ ਇਸ ਗੱਲ ਨੂੰ ਰੱਖਿਓ ਵੀ ਅੰਮ੍ਰਿਤਸਰ ਨੂੰ ਜਿੱਤਦੇ ਨੇ ਬੱਚੇ ਇਹ 1805 ਈਸਵੀ ਦੇ ਵਿੱਚ 1805 ਦੇ ਵਿੱਚ ਬੱਚੇ ਅੰਮ੍ਰਿਤਸਰ ਨੂੰ ਕੈਪਚਰ ਕਰ ਲੈਂਦਾ ਹੈ ਹਨਾ ਜੀ ਸ਼ਾਬਾਸ਼ ਜੀ ਬਹੁਤ ਵਧੀਆ ਪੰਗੀ ਮਿਸਲ ਪੰਗੇ ਮਿਸਲ ਹੀ ਰੂਲ ਕਰ ਰਹੀ ਸੀ ਲਾਹੌਰ ਨੂੰ ਵੀ ਪੰਗੇ ਮਿਸਲ ਕਰ ਰਹੀ ਸੀ ਤੇ ਐਵੇਂ ਹੀ ਜਿਹੜੀ ਹੈ ਅੰਮ੍ਰਿਤਸਰ ਨੂੰ ਵੀ ਉਸ ਟਾਈਮ ਪੰਗੇ ਮਿਸਲ ਹੀ ਰੂਲ ਕਰ ਰਹੀ ਸੀ ਤੇ ਬੱਚੇ ਜਿਹਦੇ ਵਿੱਚ ਉਸ ਟਾਈਮ ਗੁਰਦਿੱਤ ਸਿੰਘ ਸੀਗਾ ਹਨਾ ਜਿਹੜਾ ਉਸ ਟਾਈਮ ਰਾਜਾ ਸੀ ਪਰ ਉਹ ਮਾਈਨਰ ਸੀਗਾ ਤੇ ਉਸ ਟਾਈਮ ਉਹਨਾਂ ਦੀ ਰੈਜੈਂਟ ਹਨਾ ਜੀ ਕੈਦੋ ਵੀ ਮੌਕੇ ਤੇ ਜਿਹੜਾ ਗਵਰਨ ਕਰ ਰਿਆ ਸੀ ਉਹਨਾਂ ਦੀ ਮਾਤਾ ਕਰ ਰਹੀ ਸੀ ਮਾਈ ਸੁੱਖਾ ਮਾਈ ਸੁੱਖਾ ਠੀਕ ਹੈ ਜੀ ਮਾਈ ਸੁੱਖਾ ਉਸ ਟਾਈਮ ਜਿਹੜੀ ਹੈ ਅ ਅੰਮ੍ਰਿਤਸਰ ਤੇ ਰਾਜ ਕਰ ਰਹੇ ਸੀਗੇ ਤੇ ਉਹਨਾਂ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਜ਼ਮਜ਼ਮਾ ਤੂਪ ਮੰਗੀ ਸੀ ਜ਼ਮਜ਼ਮਾ ਇੱਕ ਤੂਪ ਹੈ ਬੱਚੇ ਇਸ ਤਰੀਕੇ ਦੀ ਹੈ ਇਹ ਤੂਪ ਮੰਗੀ ਸੀ ਕਿ ਵੀ ਸਾਨੂੰ ਤੁਸੀਂ ਇਹ ਤੂਪ ਦੇ ਦਿਓ ਹਨਾ ਆਪਾਂ ਥੋੜੇ ਤੇ ਅਟੈਕ ਨਹੀਂ ਕਰਾਂਗੇ ਤੇ ਮਾਈ ਸੁਖਾ ਕਹਿੰਦੀ ਵੀ ਤੁਸੀਂ ਅਟੈਕ ਹੀ ਕਰ ਲਓ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਅਟੈਕ ਕਰ ਲਿਆ ਤੇ ਤੂਪ ਵੀ ਖੋਲੀ ਤੇ ਨਾਲੇ ਅੰਮ੍ਰਿਤਸਰ ਉੱਤੇ ਕਬਜ਼ਾ ਵੀ ਕਰ ਲਿਆ ਤੇ ਅੰਮ੍ਰਿਤਸਰ ਦਾ ਬੱਚੇ ਤੁਹਾਨੂੰ ਜਿਹੜਾ ਧਾਰਮਿਕ ਪੱਖ ਹੈ ਸਿੱਖਾਂ ਵਸੇ ਤੁਹਾਨੂੰ ਪਤਾ ਹੀ ਹੈ ਕਿੰਨਾ ਜ਼ਿਆਦਾ ਹੈ ਨਾ ਰਿਲੀਜੀਅਸ ਕੈਪੀਟਲ ਤੁਸੀਂ ਮੰਨਸਾ ਕਰੋ 1799 ਦੇ ਵਿੱਚ ਲਾਹੌਰ ਕੈਪਚਰ ਕਰ ਲਿਆ ਪੋਲੀਟੀਕਲ ਕੈਪੀਟਲ ਰਾਜ ਤੇ 1805 ਦੇ ਵਿੱਚ ਇਹਨਾਂ ਨੇ ਅੰਮ੍ਰਿਤਸਰ ਨੂੰ ਕੈਪਚਲ ਕਰ ਲਿਆ ਜਿਹੜਾ ਕਿ ਬੱਚੇ ਧਾਰਮਿਕ ਪੱਖ ਤੇ ਰਿਲੀਜੀਅਸ ਕੈਪੀਟਲ ਤੁਸੀਂ ਮੰਨ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਪੋਪੂਲੈਰਿਟੀ ਬਹੁਤ ਹੀ ਜ਼ਿਆਦਾ ਸ਼ੂਟ ਕਰ ਗਈ ਪੋਪੂਲੈਰਿਟੀ ਬੱਚੇ ਬਹੁਤ ਹੀ ਜ਼ਿਆਦਾ ਸ਼ੂਟ ਕਰ ਗਈ ਮਹਾਰਾਜਾ ਰਣਜੀਤ ਸਿੰਘ ਦੀ ਸਾਰੀਆਂ ਮਸਲਾਂ ਨੂੰ ਉਹਨਾਂ ਨੇ ਦੇਖ ਲਿਆ ਵੀ ਆਤ ਭੰਗੀ ਸਰਦਾਰੀ ਖਰਾਲੇ ਫਿਰ ਬੱਚੇ ਆਪਣਾ ਤਾਂ ਹੁਣ ਕੀ ਹੋ ਰਹਿ ਗਿਆ ਸੋ ਉਸ ਤੋਂ ਬਾਅਦ ਹੌਲੀ-ਹੌਲੀ ਇਹਨਾਂ ਨੇ ਕੈਪਚਰ ਕਰਦੇ ਹੋਏ ਕਿਹੜੀ ਮਿਸਲ ਨੂੰ ਕਿੱਦਾਂ ਕੈਪਚਰ ਕੀਤਾ ਕਿਸੇ ਨੂੰ ਹਰਾ ਕੇ ਕੀਤਾ ਕਿਸੇ ਨਾਲ ਜਿਹੜਾ ਹੈ ਮੈਟ੍ਰੀਮੋਨੀਅਲ ਅਲਾਈਂਸ ਕੀਤਾ ਹਨਾ ਜੀ ਉਹਨਾਂ ਦੇ ਬੇਟੀਆਂ ਨਾਲ ਸ਼ਾਦੀ ਕੀਤੀ ਹੈ ਜਾਂ ਫਿਰ ਪਗਵਟਿਆਰ ਬਣਾਇਆ ਕਮੇ-ਕਮੇ ਮਿਸਲਾਂ ਤੇ ਕਾਬੂ ਕੀਤਾ ਉਹ ਤੁਹਾਨੂੰ ਮੈਂ ਹੁਣੇ ਦੱਸ ਦਿੰਨਾ ਹਨਾ ਜੀ ਇੱਕ ਵਾਰੀ ਦੱਸ ਦਿਓ ਕਿ ਆਵਾਜ਼ ਬੋਚ ਦਿੱਕਤ ਤਾਂ ਨਹੀਂ ਆ ਰਹੀ ਠੀਕ ਹੈ ਨਾ ਚਲੋ ਜੀ ਲਓ ਜੀ ਜਮਜਮਾ ਤੋਪ ਲੈ ਲਈ ਜੀ ਹੁਣ ਦੇਖਿਆ ਜਾਵੇ ਇਹਨਾਂ ਨੇ ਬਚਿੱਕ ਕਨਈਆ ਮਿਸਲ ਕਨਈਆ ਮਿਸਲ ਦਾ ਤੁਹਾਨੂੰ ਆਲਰੇਡੀ ਪਤਾ ਹੈ ਕਿ ਮਹਿਤਾਬ ਕੋ ਅਰਜਿ ਨਾਲ ਇਹਨਾਂ ਵਿਆਹ ਕੀਤਾ ਤੇ ਇੱਕ ਨਕਈ ਰਾਜਕੋਟ ਜਿੰਨਾ ਵਿਆਹ ਕਰਕੇ ਉਥੇ ਦੇ ਪ੍ਰਿੰਸਸ ਸੀਗੇ ਆਲੂ ਵਾਲੀਆ ਮਿਸਲ ਸੀ ਜਿਹੜੇ ਜਸੂ ਸਿੰਘ ਆਲੂ ਵਾਲੀਆ ਜਸੂ ਸਿੰਘ ਆਲੂ ਵਾਲੇ ਇਹਨਾਂ ਦੇ ਫਾਊਂਡਰ ਸੀਗੇ ਉਹਨਾਂ ਨਾਲ ਇਹਨਾਂ ਨੇ ਪੱਗਵਟ ਯਾਰ ਬਣਾ ਲਿਆ ਫਤੇ ਸਿੰਘ ਆਲੂ ਵਾਲੇ ਨਾਲ ਪੱਗਵਟ ਜਿਹੜੀ ਹੈ ਪੱਗਵਟਾ ਲਈ ਕਹਿੰਦੇ ਪੰਜ ਯਾਰ ਦੋਸਤਾਂ ਕੋਈ ਟੈਨਸ਼ਨ ਨਹੀਂ ਹੈਗੀ ਨਾ ਜੀ ਅਦਰ ਮਿਸਲ ਜਿਹੜੀਆਂ ਛੋਟੀਆਂ ਛੋਟੀਆਂ ਸੀ ਉਹਨਾਂ ਨੂੰ ਫਿਰ ਜਦੋਂ ਜਿੱਤ ਲਿਆ ਗਿਆ ਹਣਾ ਕੌਂਕਰ ਕਰ ਲਿਆ ਜਾਂ ਫਿਰ ਗੱਲਾਂ ਬਾਤਾਂ ਨਾਲ ਹੀ ਕਰ ਲਿਆ ਵੀ ਹੁਣ ਤੁਸੀਂ ਕਰਨਾ ਕੀ ਹੈ ਵੀ ਆਪਣਾ ਰਾਜ ਵੱਡਾ ਬੰਡੇ ਯੂਨੀਫਾਈ ਕਰਦੇ ਆਪਾਂ ਹਨਾ ਲੋ ਜੀ ਫਿਰ 1801 ਦੇ ਵਿੱਚ ਬੱਚਿਓ ਇਹਨਾਂ ਨੇ ਆਪਣੇ ਆਪ ਨੂੰ ਰਾਜਾ ਘੋਸ਼ਿਤ ਕੀਤਾ 12 ਸਿੱਖ ਮਿਸਲਾਂ ਨੂੰ ਇਕੱਠੇ ਕੀਤਾ ਤੇ ਆਪਣੇ ਆਪ ਨੂੰ ਰਾਜਾ ਘੋਸ਼ਿਤ ਕਰਤਾ ਜੀ 1801 ਈਸਵੀ ਦੇ ਵਿੱਚ ਹਨਾ ਜੀ ਸ਼ਾਬਾਸ਼ ਬਹੁਤ ਵਧੀਆ ਨਕਈ ਮਿਸਲ ਦੇ ਫਾਊਂਡਰ ਜੀ ਹੀਰਾ ਸਿੰਘ ਬਿਲਕੁਲ ਠੀਕ ਹੈ ਜੀ ਲੋ ਜੀ ਸੋ ਆਹ ਕੰਮ ਹੋ ਗਿਆ 1801 ਦੇ ਵਿੱਚ ਰਾਜ ਬਣਾ ਲਿਆ ਬਹੁਤ ਤਕੜਾ ਰਾਜ ਬਣਾ ਲਿਆ 1805 ਦੇ ਵਿੱਚ ਤਾਂ ਇਹਨਾਂ ਨੇ ਆਲਰੇਡੀ ਜਿਹੜਾ ਹੈ ਅੰਮ੍ਰਿਤਸਰ ਜਿੱਤ ਲਿਆ ਸੀਗਾ ਹੁਣ ਇਹਨਾਂ ਦੀ ਆਪਾ ਮਹਾਰਾਜਾ ਨਰਜੀ ਸਿੰਘ ਦੀਆਂ ਉਹ ਬੈਟਲਸ ਦੇਖਦੇ ਆ ਜਿਹੜੀਆਂ ਛੋਟੀਆਂ-ਛੋਟੀਆਂ ਸੀਗੀਆਂ ਛੋਟੇ-ਛੋਟੇ ਏਰੀਆ ਕੈਪਚਰ ਕਰ ਲਈ ਸੀਗੇ ਰਾਜ ਬਣਾਉਣ ਤੋਂ ਬਾਅਦ ਪਰ ਇੰਪੋਰਟੈਂਟ ਬਹੁਤ ਜ਼ਿਆਦਾ ਸੀ ਇੰਪੋਰਟੈਂਟ ਬਹੁਤ ਜ਼ਿਆਦਾ ਸੀ ਬੱਚੇ ਸੀਕੁਐਂਸ ਵਾਈਚੇ ਤੋਂ ਮੈਂ ਲੜਾਈਆਂ ਲੜਾਤੀਆਂ ਰੱਖਤੀਆਂ ਇੱਥੇ ਜਿਵੇਂ ਲਾਹੌਰ 1799 ਜਿੱਤ ਲਿਆ ਸੀ ਓਬਵੀਅਸਲੀ ਗੱਲ ਹੈ ਅੰਮ੍ਰਿਤਸਰ 1805 ਦੇ ਵਿੱਚ ਜਿੱਤ ਲਿਆ ਸੀਗਾ ਕਿਹਦੇ ਅਗੇਂਸਟ ਪੰਗੀ ਸਰਦਾਰਾਂ 1705 ਵਿੱਚ ਮਾਈ ਸੁਖਾ ਜਿੱਦ ਵਿੱਚ ਆਪਾਂ ਕਹਾਣੀ ਪੜ੍ਹੀ ਹੋਈ ਹੈ ਜੀ ਜੰਮ ਜਮਾ ਤੋਬ ਮੰਗੀ ਸੀ ਉਹਨੇ ਦਿੱਤੀ ਨਹੀਂ ਸੀ ਆਪਾਂ ਖੋਲੀ ਸੀ ਹਨਾ ਜੀ ਫਿਰ ਕਸੂਰ ਜਿੱਤਿਆ ਜੀ 1807 ਇਸਵੀ ਦੇ ਵਿੱਚ ਕਸੂਰ ਕੁਤਬ ਉਦੀਨ ਤੋਂ ਜਿੱਤਿਆ ਸੋ ਮੁਸਲਾ ਮੁਸਲਮਸ ਦੇ ਖਿਲਾਫ ਮੁਸਲਮ ਜਿਹੜੇ ਗਵਰਨਰ ਸੀ ਉਸ ਟਾਈਮ ਉਹਨਾਂ ਦੇ ਖਿਲਾਫ ਬਹੁਤ ਜ਼ਿਆਦਾ ਇੰਪੋਰਟੈਂਟ ਬੈਟਲ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਹਰਾਇਆ ਇਸ ਕਰਕੇ ਇਹਨਾਂ ਦੀ ਚੜ੍ਹਤ ਬਹੁਤ ਜ਼ਿਆਦਾ ਮੰਨੀ ਗਈ ਹੈ ਹਨਾ ਜੀ ਝੰਗ ਵੀ 1807 ਦੇ ਵਿੱਚ ਜਿਹੜਾ ਜਿੱਤ ਲਿਆ ਸੀਗਾ ਅਹਿਮਦ ਖਾਨ ਦੇ ਖਿਲਾਫ ਸਿਆਲਕੋਟ ਦੀ ਲੜਾਈ ਵੀ ਬਹੁਤ ਇੰਪੋਰਟੈਂਟ ਸੀ 1808 ਦੇ ਵਿੱਚ ਜੀਵਨ ਸਿੰਘ ਤੋਂ ਜਿੱਤ ਲਿਆ ਕਾਂਗੜਾ ਜਿੱਤ ਲਿਆ ਬੱਚੇ 1809 ਦੇ ਵਿੱਚ ਰਾਜਾ ਸੰਸਾਰ ਚੰਦ ਜਿਹੜੇ ਉਸ ਵੇਲੇ ਦੇ ਹिल्स ਰਾਜੇ ਸੀਗੇ ਹਨਾ ਹਿੱਲਾਂ ਦੇ ਰਾਜੇ ਸੀਗੇ ਟਾਕ ਟਾਕ 1813 ਵਿੱਚ ਬਹੁਤ ਇੰਪੋਰਟੈਂਟ ਬੈਟਲ ਸੀ ਜਹਾਂਦਾਰ ਖਾਨ ਦੇ ਖਿਲਾਫ ਮਲਤਾਨ ਜਿੱਤ ਲਿਆ 1811 ਦੇ ਵਿੱਚ ਮੁਜ਼ਫਰ ਖਾਨ ਦੇ ਖਿਲਾਫ ਕਸ਼ਮੀਰ ਜਿੱਤ ਲਿਆ 1819 ਦੇ ਵਿੱਚ ਬੱਚੇ ਜ਼ਬਰ ਖਾਨ ਦੇ ਖਿਲਾਫ ਤੇ ਪਸ਼ਾਬਰ ਜਿੱਤ ਲਿਆ ਜੀ 1834 ਦੇ ਵਿੱਚ ਆਜ਼ਮ ਖਾਨ ਦੇ ਖਿਲਾਫ ਸੋ ਇਹ ਇੰਪੋਰਟੈਂਟ ਬੈਟਲਸ ਨੇ ਇਹਨਾਂ ਨੂੰ ਤੁਸੀਂ ਕਦੇ ਵੀ ਨਹੀਂ ਭੁੱਲ ਸਕਦੇ ਹਣਾ ਜੀ ਇਹਨੂੰ ਤੁਸੀਂ ਟਿਪਸ ਤੇ ਯਾਦ ਕਰਨਾ ਹੀ ਪੈਣਾ ਤੁਹਾਨੂੰ ਉਸ ਤੋਂ ਬਾਅਦ ਇਹ ਜਿਹੜੀ ਕਲਾਸ ਰਹੂਗੀ ਜੇ ਕੋਈ ਪੀਸਸ ਵਗੈਰਾ ਦੇਣਾ ਚਾਹੁੰਦਾ ਉਹਦੇ ਵਾਸਤੇ ਵੀ ਰੈਲੇਵੈਂਟ ਰਹੂਗੀ ਕਲਾਸ ਜੇ ਕਿਸੇ ਨੇ ਕਲਰਕ ਦਾ ਪੇਪਰ ਦੇਣਾ ਉਹਨਾਂ ਵਾਸਤੇ ਵੀ ਰੈਲੇਵੈਂਟ ਰਹੂਗੀ ਪੇਪਰਾਂ ਦੇ ਵਿੱਚ ਤੁਹਾਨੂੰ ਆਲਰੇਡੀ ਪਤਾ ਹੈ ਵੀ ਕਿੰਨਾ ਜ਼ਿਆਦਾ ਹੁਣ ਹਾਰਡ ਲੈਵਲ 'ਚ ਪੁੱਛਿਆ ਜਾ ਰਿਹਾ ਪੰਜਾਬ ਜੀ ਕੇ ਦਾ ਸਪੈਸਿਫਿਕ ਜਿਹੜੇ ਬੱਚੇ ਪੁਰਾਣੇ ਪੇਪਰ ਦੇ ਨੇ ਉਹਨਾਂ ਨੂੰ ਆਲਰੇਡੀ ਪਤਾ ਹੋਊਗਾ ਜਿਹੜੇ ਨਵੇਂ ਨੇ ਉਹ ਸਿੰਪਲ ਚੀਜ਼ਾਂ ਕਰਨੀਆਂ ਛੱਡ ਦਿਓ ਡਿਟੇਲ 'ਚ ਕਰਨਾ ਸਟਾਰਟ ਕਰ ਦਿਓ ਠੀਕ ਹੈ ਜੀ ਲੋ ਜੀ ਇੰਪੋਰਟੈਂਟ ਬੈਟ ਵਾਪਸ ਹੋਣੇ ਜੀ 1800 ਤੇ 37 ਦੇ ਵਿੱਚ ਇੱਕ ਲੜਾਈ ਹੁੰਦੀ ਹੈ ਜੀ ਬੈਟਲ ਆਫ ਜਮਰੋਦ ਬੈਟਲ ਆਫ ਜਮਰੋਦ ਇਹ ਵੈਸੇ ਬੈਟਲ ਆਫ ਜਮਰੋਦ ਦੇ ਵਿੱਚ ਤੁਸੀਂ ਜਮਰੋਦ ਦਾ ਕਿਲਾ ਦੇਖ ਪਾ ਰਹੇ ਹੋ afghanistan ਦੇ ਵਿੱਚ ਹੈ ਵੈਸੇ ਇਹਨੂੰ ਲੀਡ ਕੀਤਾ ਸੀ ਹਰੀ ਸਿੰਘ ਨਲੂਏ ਨੇ ਹਨਾ ਜੀ ਹਰੀ ਸਿੰਘ ਨਲੂਆ ਜੀ ਦੀ ਬੱਚੇ ਲਾਸਟੇ ਲੜਾਈ ਸੀਗੀ ਇਹਨਾਂ ਦੀ ਹਰੀ ਸਿੰਘ ਨਲੂਆ ਜੀ ਦੀ ਉੱਥੇ ਮੌਤ ਹੋ ਗਈ ਸੀਗੀ ਹਨਾ ਜੀ ਤੇ ਬਟ अफगांस ने कैप्चर करले ਸੀ ਪਰ ਦੁਬਾਰੇ ਰੀਇਨਫੋਰਸਮੈਂਟ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਜਮਰੋਦ ਦੇ ਕਿਲੇ ਨੂੰ ਬਚੇ ਕੈਪਚਰ ਕਰਲੇ 1837 ਦੇ ਵਿੱਚ ਬਹੁਤ ਇੰਪੋਰਟੈਂਟ ਲੜਾਈ ਸੀਗੀ ਇਹ ਠੀਕ ਹੈ ਜੀ 1837 ਦੇ ਵਿੱਚ ਮੁਹੰਮਦ ਅਕਬਰ ਦੇ ਖਿਲਾਫ ਹਰੀ ਸਿੰਘ ਨੜਵਾ ਨੇ ਆਲਰੇਡੀ ਬਹੁਤ ਜ਼ਿਆਦਾ ਬੈਟਲਸ ਲੜੀਆਂ ਸੀ ਤੇ ਇਸ ਕਰਕੇ ਬਹੁਤ ਇੰਪੋਰਟੈਂਟ ਬੈਟਲ ਜਿਤਨੀ ਪ੍ਰਾਪਤ ਕੀਤੀ ਹੈ ਪਰ ਇਹਦੇ ਵਿੱਚ ਥੋੜੇ ਜੀ ਹੈ ਤੁਹਾਨੂੰ ਬੈਕਫੁੱਟ ਚ ਆਉਣਾ ਪਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਦੁਬਾਰੇ ਰੀਨਫੋਰਸਮੈਂਟ ਕੀਤੀ ਗਈ ਮਹਾਰਾਜਾ ਰਣਜੀਤ ਸਿੰਘ ਨੇ ਕੈਪਚਰ ਕਰ ਲਿਆ ਸੀ ਜਮਰੋਦ ਦਾ ਕਿਲਾ ਠੀਕ ਹੈ ਜੀ ਲੋ ਜੀ ਹੁਣ ਗੱਲ ਇੱਥੇ ਆਉਂਦੀ ਹੈ ਵੀ ਜਦੋਂ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਸੀਗੇ ਹਨਾ 19ਵੀਂ ਸਦੀ ਦੇ ਵਿੱਚ ਤਾਂ ਉਹਦੇ ਨਾਲ-ਨਾਲ ਬੱਚੇ ਜਿਹੜੇ ਹੈ ਇਧਰਲੇ ਪਾਸੇ ਅਫਗਾਨਾਂ ਦਾ ਵੀ ਰੂਲ ਚੱਲ ਰਿਹਾ ਸੀ ਨਾਲ ਨਾਲ ਥੱਲੇ ਜਿਹੜਾ ਹੈ ਅੰਗਰੇਜ਼ਾਂ ਦਾ ਵੀ ਰੂਲ ਚੱਲ ਰਿਹਾ ਸੀ ਤਿੰਨ ਜਿਹੜੀਆਂ ਧਿਰਾਂ ਹੋਣੀਆਂ ਬਣੀਆਂ ਪਈਆਂ ਸੀ ਤੇ ਉਧਰ ਉਦ ਕਿਰਿਆਤਾ ਹੋਇਆ ਸੀ ਬੱਚੇ ਲੈਂਡਲੌਰਡ ਏਰੀਆ ਸੀਗਾ ਪੰਜਾਬ ਦਾ ਉਸ ਵੇਲੇ ਨਾ ਸੋ ਆਪਾਂ ਉਹ ਦੇਖਨੇ ਵੀ ਇਹ ਜੇ ਮੁਗਲ ਰਾਜੇ ਕਿਹੜੇ ਸੀਗੇ ਜਿਹੜੇ ਸਮਕਾਲੀ ਸੀਗੇ ਮਹਾਰਾਜ ਰਣਜੀਤ ਸਿੰਘ ਜੀ ਦੇ ਇਦਾਂ ਦੇ ਕੁਸ਼ਣ ਵੀ ਪੁੱਛ ਲਏ ਜਾਂਦੇ ਨੇ ਠੀਕ ਹੈ ਜੀ ਜੇ ਦੇਖਿਆ ਜਾਵੇ ਜਦੋਂ 1801 ਦੇ ਵਿੱਚ ਆਪਾਂ ਨੇ ਰਾਜ ਸਥਾਪਿਤ ਕੀਤਾ ਖਾਲਸਾ ਪੰਥ ਦੀ ਤੁਸੀਂ ਕਹੋ ਵੀ ਖਾਲਸਾ ਰਾਜ ਦੀ ਸਥਾਪਨਾ ਕੀਤੀ ਹੈ ਉਦੋਂ ਸ਼ਾਹ ਆलम ਬੱਚੇ ਸੀਗਾ ਉਸ 1759 ਤੋਂ ਲੈ ਕੇ 1806 ਤੱਕ ਸੀਗਾ ਹਨਾ ਮਤਲਬ ਕਹਿਣ ਦਾ ਭਾਵ ਕੀ ਹੋਇਆ 1799 'ਚ ਲਾਹੌਰ ਵੀ ਸ਼ਾਹ ਆलम ਦੇ ਟਾਈਮ ਪੀਰੀਅਡ ਜਿੱਤਿਆ ਫਿਰ 1805 ਦੇ ਵਿੱਚ ਅੰਮ੍ਰਿਤਸਰ ਵੀ ਤੇ ਜਦੋਂ ਆਪਣੇ ਆਪ ਨੂੰ ਰਾਜਾ ਖੋਸ਼ ਕੀਤਾ ਤਾਂ ਸ਼ਾਹ ਅਲਮ ਸੀਗਾ ਉਸ ਤੋਂ ਬਾਅਦ 1806 ਤੋਂ ਲੈ ਕੇ 37 ਦੇ ਵਿੱਚ ਅਕਬਰ ਸ਼ਾਹ 2 ਵੀ ਕੰਟੈਂਪੋਰੀ ਸੀਗਾ ਤੇ 37 ਤੋਂ ਲੈ ਕੇ 85 ਤੱਕ ਫਿਰ ਬਾਦ ਦੁਰਸ਼ਾ ਰਿਹਾ ਉਸ ਵੇਲੇ ਵੀ ਜਿਹੜੇ ਹੈ ਰੈਲੇਵੈਂਟ ਸੀ ਇਸ ਕੰਟੈਂਪੋਰੀ ਸੀਗੇ ਸਮਕਾਲੀ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਇਹ ਤਿੰਨ ਰਾਜੇ ਤੁਸੀਂ ਮੁਗਲਾਂ ਦੇ ਪੀਰੀਅਡ ਦੇ ਵਿੱਚੋਂ ਯਾਦ ਰੱਖੋਗੇ ਜ਼ਰੂਰੀ ਨੇ ਹਨਾ ਜੀ ਸ਼ਾਬਾਸ਼ ਬਹੁਤ ਵਧੀਆ ਲੋ ਜੀ ਹੁਣ ਇੱਕ ਮੈਂ ਨੋਟ ਹਰੀ ਸਿੰਘ ਨਲਵਾ ਤੇ ਲੈ ਕੇ ਆਇਆ ਹਰੀ ਸਿੰਘ ਨਲਵਾ ਇੱਕ ਬਹੁਤ ਹੀ ਜ਼ਿਆਦਾ ਜਾਨੀਮਾਨੀ ਹਸਤੀ ਆਪਣੀ ਰਸ਼ੀਅਨ ਜਿਹੜੀਆਂ ਉਹਨਾਂ ਦੀਆਂ ਟੈਕਸਟ ਬੁੱਕਸ ਨੇ ਤਾਂ ਉਹਨਾਂ ਨੇ ਤਾਂ ਆਲਰੇਡੀ ਇਹ ਗੱਲ ਆਲਰੇਡੀ ਕਹੀ ਹੋਈ ਹੈ ਬੀਜੇ ਦੁਨੀਆ ਦੇ ਵਿੱਚ ਜਿਹੜੇ ਪੰਜ ਮੇਨ ਜਨਰਲ ਜਰਨਲ ਸੀ ਤਾਂ ਉਹਨਾਂ ਪੰਜਾਂ ਵਿੱਚੋਂ ਵਿੱਚ ਟਾਪ ਨਾਮ ਰਸ਼ੀਆ ਵਾਲੇ ਦਿੱਤਾ ਹੋਇਆ ਹਰੀ ਸਿੰਘ ਨਲਵਾ ਨੂੰ ਬਹੁਤ ਟਾਪ ਦਾ ਜਿਹੜਾ ਹੈ ਤੁਸੀਂ ਕੱਲ ਕਮਾਂਡਰ ਇਨ ਚੀਫ ਸੀਗਾ ਜਨਰਲ ਬਹੁਤ ਤਕੜਾ ਹਰੀ ਸਿੰਘ ਨਲਵਾ ਤੇ ਦੋ ਚਾਰ ਪੁਆਇੰਟ ਬੱਚੇ ਜਾਣਨੇ ਬਹੁਤ ਜ਼ਰੂਰੀ ਨੇ ਹਨਾ ਜੀ ਫੇਮਸ ਇੰਡੀਅਨ ਕਮਾਂਡਰ ਇੰਡੀਅਨ ਹਿਸਟਰੀ ਦਾ ਕਸ਼ਮੀਰ ਹਜ਼ਰਾ ਪਸ਼ਾਵਰ ਸਿੱਖ ਕਿੰਗਡਮ ਦੇ ਇਹ ਤਿੰਨ ਇੰਪੋਰਟੈਂਟ ਹਿੱਸਿਆਂ ਦੇ ਗਵਰਨਰ ਸੀ ਹਜ਼ਾਰ ਹਜ਼ਰਾ ਪਸ਼ਾਬਰ ਤੇ ਕਸ਼ਮੀਰ ਚਾਰ ਬਾਲੀਆਂ ਇੰਪੋਰਟੈਂਟ ਬੈਟਲ ਜਿਨ੍ਹਾਂ ਨੂੰ ਜਿਤਨਾ ਬਹੁਤ ਹੀ ਮੁਸ਼ਕਲ ਸੀ ਪਰ ਹਰੀ ਸਿੰਘ ਨਲਵਾ ਨੇ ਕਰਕੇ ਦਿਖਾਤਾ ਸੀ ਕਸੂਰ ਦੀ ਲੜਾਈ 1807 ਦੇ ਵਿੱਚ ਕੁਤਬੁੱਦੀਨ ਨੂੰ ਹਰਾਤਾ afghani rulers ਇਹਨਾਂ ਨੂੰ ਹਰਾਉਣਾ ਬਹੁਤ ਮੁਸ਼ਕਲ ਸੀਗਾ ਅਟਾਕ 1813 ਦੇ ਵਿੱਚ ਹਰਾਤਾ ਬੱਚੇ ਜਹਾਂਦਾਰ ਖਾਨ ਇਹ ਉਹ afghan ਨੇ ਬੱਚੇ ਜਿਨ੍ਹਾਂ ਨੂੰ ਹਜੇ ਤੱਕ ਜਿਹੜੀ ਹੈ ਕੋਈ ਵੀ ਹਰਾ ਨਹੀਂ ਪਾਇਆ ਹਨਾ ਜੀ ਇਵਨ ਕਿ ਹੁਣ ਜਦੋਂ 9/11 ਤੋਂ ਬਾਅਦ ਅ ਅਮਰੀਕਨਸ ਵੀ ਆਏ ਨੇ ਵਾਪਸ ਚਲੇ ਗਏ ਹਨਾ ਜੀ ਇਦਾਂ ਨਹੀਂ ਕਹਿ ਸਕਦੇ ਵੀ ਉਹ ਜਿੱਤ ਕੇ ਗਏ ਨੇ ਉਹ ਹਾਰ ਕੇ ਗਏ ਨੇ ਠੀਕ ਹੈ ਜੀ ਪੇਸ਼ਾਵਰ 1834 ਦੇ ਵਿੱਚ ਬੱਚੇ ਆਜ਼ਮ ਖਾਨ ਆਜ਼ਮ ਖਾਨ ਦੇ ਖਿਲਾਫ ਬੈਟਲ ਆਫ ਪੇਸ਼ਾਵਰ ਤੇ ਜਮਰੋ 1837 ਦੇ ਵਿੱਚ ਮੁਹੰਮਦ ਅਕਬਰ ਦੇ ਖਿਲਾਫ ਲੜੀ ਸੀ ਉਸ ਵੇਲੇ ਦਾ ਅਫਗਾਨ ਰੂਲਰ ਸੀਗਾ ਇਹ ਠੀਕ ਹੈ ਜੀ ਉਹ ਬਾਅਦ ਵਿੱਚ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਕੈਪਚਰ ਕਰ ਲਿਆ ਸੀ ਜਮਰੋਦ ਨੂੰ ਹਨਾ ਜੀ ਇਸ ਗੱਲ ਨੂੰ ਯਾਦ ਰੱਖਣਾ ਤੇ ਹਰੀ ਸਿੰਘ ਨਲਵਾ ਨੂੰ ਨਲਵਾ ਦਾ ਟਾਈਟਲ ਬੱਚੇ ਕਿਉਂ ਦਿੱਤਾ ਗਿਆ ਸੀ ਕਿਉਂਕਿ ਬੱਚੇ ਇਹ ਕਿਹਾ ਜਾਂਦਾ ਇਹਨਾਂ ਨੇ ਸ਼ੇਰ ਮਾਰਤਾ ਸੀ ਕਹਿੰਦੇ ਸ਼ੇਰ ਮਾਰਤਾ ਸੀ ਇਹਨਾਂ ਨੇ ਇਸ ਕਰਕੇ ਇਹਨੂੰ ਬਾਗਮਾਰ ਵੀ ਕਿਹਾ ਜਾਂਦਾ ਸੀ ਕਿਲਰ ਆਫ ਟਾਈਗਰ ਨਲਵਾ ਠੀਕ ਹੈ ਜੀ ਸੋ ਇਸ ਕਰਕੇ ਇਹਨੂੰ ਨਲਵਾ ਟਾਈਟਲ ਦਿੱਤਾ ਗਿਆ ਸੀ ਹਰੀ ਸਿੰਘ ਨਲਵਾ ਦੇ ਆਪ ਪੁਆਇੰਟ ਜਾਣਨੇ ਬਹੁਤ ਜ਼ਰੂਰੀ ਨੇ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ ਬੱਤੇ ਹਰੀ ਸਿੰਘ ਨਲਵਾ ਦਾ ਇੱਕ ਨੋਟ ਹੋ ਗਿਆ ਇੱਕ ਹੋਰ ਚੀਜ਼ ਬੱਚੇ ਜਿਹੜਾ ਜ਼ਿਕਰ ਬਹੁਤ ਜ਼ਿਆਦਾ ਆਉਂਦਾ ਹੈ ਕੋਹੀਨੂਰ ਦੇ ਹੀਰੇ ਦਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀਅਡ ਦੇ ਵਿੱਚ ਹੀ ਜਿਹੜਾ ਹੈ ਕੋਹੀਨੂਰ ਹੀਰਾ ਜਿਹੜਾ ਸਿੱਖਾਂ ਕੋਲ ਆਇਆ ਸੀ ਸਿੱਖਾਂ ਤੋਂ ਬਾਅਦ ਦਲੀਪ ਸਿੰਘ ਤੋਂ ਬਾਅਦ ਫਿਰ ਉਹ ਬ੍ਰਿਟਿਸ਼ਰਸ ਕੋਲੇ ਗਿਆ ਸੀ ਕੋਹੀਨੂਰ ਹੀਰੇ ਦਾ ਵੀ ਇੱਕ ਨੋਟ ਬੱਚੇ ਤੁਹਾਡੇ ਵਾਸਤੇ ਜਾਣਨਾ ਬਹੁਤ ਜ਼ਰੂਰੀ ਆ ਮੈਂ ਤੁਹਾਨੂੰ ਦੱਸ ਦਿੰਨਾ ਠੀਕ ਆ ਜੀ ਲੋ ਜੀ ਸ਼ਾਬਾਸ਼ ਲੋ ਜੀ ਆਪਾਂ ਕਰਦੇ ਹਾਂ ਬੱਚੇ ਕੋਹੀਨੂਰ ਦੇ ਹੀਰੇ ਦੀ ਗੱਲ ਲੋ ਜੀ ਕੋਹੀਨੂਰ ਦਾ ਹੀਰਾ ਬੱਚੇ ਬਹੁਤ ਹੀ ਨਾਇਆਬ ਹੀਰਾ ਸੀਗਾ ਹਨਾ ਜੀ ਸਭ ਤੋਂ ਪਹਿਲਾਂ ਬੱਚੇ ਹੈਗਾ ਕਿਹਦੇ ਕੋਲ ਸੀਗਾ ਮੁਹੰਮਦ ਸ਼ਾਹ ਕੋਲੇ 1790 uh, 1739 ਦੇ ਵਿੱਚ ਬੱਚੇ ਮੁਹੰਮਦ ਸ਼ਾਹ ਮੁਗਲ ਮੁਗਲ ਜਿਹੜਾ ਉਸ ਵੇਲੇ ਦਾ ਸ਼ਾਸਕ ਸੀਗਾ ਉਹਦੇ ਉੱਤੇ ਅਟੈਕ ਕੀਤਾ ਸੀ ਨਾਦਰ ਨਾਦਰ ਸ਼ਾਹ ਨੇ ਨਾਦਰ ਸ਼ਾਹ ਨਾਦਰ ਸ਼ਾਹ 1739 ਦੇ ਵਿੱਚ ਆਇਆ ਸੀ ਤੇ ਉਹਨੇ ਬੱਚੇ ਮੁਹੰਮਦ ਸ਼ਾਹ ਤੋਂ ਇੱਕ ਕਿਲਾ ਸੌਰੀ ਜਿਹੜਾ ਆਪਣਾ ਹੀਰਾ ਕੋਹੀਨੂਰ ਹੀਰਾ ਉੱਥੋਂ ਖੋ ਕੇ ਲੈ ਗਿਆ ਸੀ ਹਨਾ ਜੀ ਨਾਦਰ ਸ਼ਾਹ ਨੂੰ ਬਾਅਦ ਚ ਜਦੋਂ ਵਾਪਸ ਆ ਰਹੇ ਵਾਪਸ ਜਾ ਰਹੇ ਸਿੱਖਾਂ ਨੇ ਲੁੱਟਿਆ ਵੀ ਸੀਗਾ ਹਨਾ ਜੀ ਜੀ ਦੇ ਕਰਕੇ 1746 ਦੇ ਵਿੱਚ ਤੁਹਾਨੂੰ ਪਤਾ ਵੀ ਛੋਟਾ ਘੱਲੂ ਘਾਰਾ ਵੀ ਹੁੰਦਾ ਹੈ ਹਨਾ ਜੀ ਸੋ ਉਹੀ ਨਾਦਰ ਸ਼ਾਹ ਹੈ ਸੋ ਆਫਟਰ ਦਾ ਡੈਥ ਆਫ ਨਾਦਰ ਸ਼ਾਹ ਨਾਦਰ ਸ਼ਾਹ ਜਦੋਂ ਮਰ ਜਾਂਦਾ ਹੈ ਹਨਾ ਜੀ ਫਿਰ ਅਹਿਮਦ ਸ਼ਾਹ ਅਬਦਾਲੀ ਕੋਲ ਇਹ ਹੀਰਾ ਚਲਾ ਜਾਂਦਾ ਹੈ ਨਾਦਰ ਸ਼ਾਹ ਦੇ ਪੁੱਤਰ ਤੋਂ ਨਾਦਰ ਸ਼ਾਹ ਦਾ ਜਿਹੜਾ ਬੇਟਾ ਸੀ ਉਸ ਤੋਂ ਬੱਚੇ ਕਿਹਦੇ ਕੋਲ ਜਾਂਦਾ ਅਹਿਮਦ ਸ਼ਾਹ ਅਬਦਾਲੀ ਕੋਲੇ ਹਨਾ ਜੀ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਕਿਹਦੇ ਕੋਲ ਜਾਂਦਾ ਜੀ ਸ਼ਾਹ ਜ਼ਮਨ ਕੋਲੇ ਸ਼ਾਹ ਜ਼ਮਨ ਕੋਲੇ ਬੱਚਾ ਚਲਾ ਜਾਂਦਾ ਕਿਹਦੇ ਕੋਲ ਅਹਿਮਦ ਸ਼ਾਹ ਅਬਦਾਲੀ ਦੇ ਪੋਤੇ ਕੋਲੋਂ ਕਿਹਦੇ ਕੋਲ ਜਾਂਦਾ ਸ਼ਾਹ ਜ਼ਮਨ ਕੋਲੇ ਹੁਣ ਇਹ ਸ਼ਾਹ ਜ਼ਮਨ ਦਾ ਭਰਾ ਸੀ ਸ਼ਾਹ ਸ਼ੁਜਾ ਜਿਹੜਾ ਉਸ ਵੇਲੇ ਅਫਗਾਨ ਦਾ ਜਿਹੜਾ ਹੈ ਤੁਸੀਂ ਕਹ ਲਓ ਵੀ ਰੂਲਰ ਕਾਈਂਡ ਆਫ ਸੀਗਾ ਰੂਲਰ ਐ ਸੀ ਕਿਉਂਕਿ ਉਸ ਵੇਲੇ ਇਹਨਾਂ ਦੀ ਜਿਹੜੀ ਹੈ ਟੱਕਰ ਚੱਲਦੀ ਸੀ ਪਰਿਵਾਰਾਂ ਚ ਨਾ ਵੀ ਸ਼ਾਹ ਸੁਜਾ ਬਣੂਗਾ ਕਿ ਸ਼ਾਹ ਆलम ਬਣੂਗਾ ਉਹਦਾ ਭਰਾ ਸੀ ਸ਼ਾਹ ਸ਼ੁਜਾ ਜਿਹੜਾ 1812 ਚ ਕਸ਼ਮੀਰ ਚ ਕਾਇਤ ਸੀ ਤੇ ਕਸ਼ਮੀਰ ਕਿਹਦੇ ਕੋਲ ਸੀ ਸਿੱਖਾਂ ਕੋਲੇ ਸੀ ਉਸ ਵੇਲੇ ਹਣਾ ਜੀ ਕਸ਼ਮੀਰ ਕਿਹਦੇ ਕੋਲ ਸੀ ਸਿੱਖਾਂ ਕੋਲੇ ਸੀ ਤਾਂ ਇਸ ਕਰਕੇ ਫੇਰ ਉਹਦੀ ਜਿਹੜੀ ਵਾਈਫ ਸੀ ਸ਼ਾਹ ਸ਼ੁਜਾ ਦੀ ਉਹ ਆਪਣੇ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਜਿਹੜਾ ਹੈ ਕੰਟਰੈਕਟ ਕਰਦੀ ਹੈ ਵੀ ਤੂੰ ਮੇਰੇ ਜਿਹੜੀ ਹੈ ਸ਼ੋਹਰ ਦੀ ਪਤੀ ਦੀ ਜਾਨ ਬਖਸ਼ ਦੇ ਮੈਂ ਤੈਨੂੰ ਕੋਹੀਨੂਰ ਹੀਰਾ ਦੇ ਦੂੰਗੀ ਹਨਾ ਜੀ ਸੋ ਇਹ ਡੀਲ ਜਿਹੜੀ ਹੈ ਸਟ੍ਰੱਕ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਇਹ ਕੋਹੀਨੂਰ ਹੀਰਾ ਇਹ ਬਚੇ ਸ਼ਾਹ ਸ਼ੂਦਾ ਸ਼ਾਹ ਸ਼ੂਦਾ ਦੀ ਜਿਹੜੀ ਵਾਈਫ ਹੈ ਹਨਾ ਜੀ ਵਫਾ ਬੇਗਮ ਉਹ ਸਾਨੂੰ ਦੇ ਦੇਣੀ ਆਪਾਂ ਸ਼ਾਹ ਸ਼ੂਦਾ ਦੀ ਲਾਈਫ ਬਖਸ਼ ਦਿੰਨੇ ਆ ਹਨਾ ਜੀ ਆਪਾਂ ਨੇ ਜੋ ਕਿ ਆ ਆਪਾਂ ਕਰਤਾ ਉਹਨਾਂ ਨੇ ਆਪਣਾ ਉਹ ਚੀਜ਼ ਦਿੱਤੀ ਆਪਾਂ ਜਿਹੜੀ ਆਪਾਂ ਨੇ ਕਿਸੇ ਪਹੋਹ ਦਿੱਤੀ ਹਨਾ ਜੀ ਲੋ ਜੀ ਫਿਰ ਉਸ ਤੋਂ ਬਾਅਦ ਬਚੇ ਮਹਾਰਾਜਾ ਦਲੀਪ ਸਿੰਘ ਜੀ ਕੋਲ ਜਾਂਦਾ ਤੇ ਆਫਟਰ ਦਾ ਸੈਕਿੰਡ ਐਂਗਲੋ ਸਿੱਖ ਵਾਰੇ ਬ੍ਰਿਟਿਸ਼ਸ ਕੋਲ ਜਾਂਦਾ ਇਹ ਇੱਕ ਸਟੋਰੀ ਜਿਹੜੀ ਤੁਹਾਨੂੰ ਯਾਦ ਰੱਖਿਓ ਇਹ ਚ ਸਾਰ ਜਿਹੜਾ ਹੈ ਮੁਹੰਮਦ ਸ਼ਾਹ ਕੋਲੇ ਕਿਵੇਂ ਆਇਆ ਇੰਨੀ ਪੁਰਾਣੀ ਹਿਸਟਰੀ ਜਾਣਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਲਓ ਜੀ ਲਓ ਜੀ ਮਿੱਤਰੋ ਸੋ ਇਹ ਕੋਹੀਨੂਰ ਦਾ ਹੀਰਾ ਆਪਾਂ ਕਰ ਲਿਆ ਹਰੀ ਸਿੰਘ ਨਾਲਵਾ ਦੇ ਬਾਰੇ ਕਰ ਲਿਆ ਹੁਣ ਆਪਾਂ ਦੁਬਾਰੇ ਚੱਲਦੇ ਆਂ ਜੀ ਜਿੱਥੋਂ ਆਪਾਂ ਗੇਮ ਛੱਡੀ ਸੀ ਕਾਂਕਕਸਟ ਦੀ ਗੱਲ ਹੋ ਰਹੀ ਸੀ ਨਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਕਿਹੜੇ-ਕਿਹੜੇ ਏਰੀਆ ਨੇ ਜਿਹੜੇ ਕੈਪਚਰ ਕੀਤੇ ਨੇ ਉਸ ਤੋਂ ਬਾਅਦ ਬੱਚੇ ਇੱਕ ਟ੍ਰੀਟੀ ਹੁੰਦੀ ਹੈ 1809 ਦੇ ਵਿੱਚ ਜਿਹਨੂੰ ਟ੍ਰੀਟੀ ਆਫ ਫਰੈਂਡਸ਼ਿਪ ਵੀ ਕਿਹਾ ਜਾਂਦਾ ਹੈ ਉਸ ਵੇਲੇ ਜਿਹੜਾ ਪੰਜਾਬ ਦਾ ਤੁਸੀਂ ਨਕਸ਼ਾ ਦੇਖੋਗੇ ਪੰਜਾਬ ਜਿਹੜਾ ਹੈ ਸਤਲੁਜ ਨਦੀ ਜਿਹੜੇ ਆਪਣੀ ਬਾਉਂਡਰੀ ਬਣਾਉਂਦੀ ਸੀ ਸਤਲੁਜ ਨਦੀ ਸਤਲੁਜ ਨਦੀ ਆ ਜਾ ਰਹੀ ਹੈ ਸਤਲੁਜ ਤੋਂ ਬੱਚੇ ਉੱਤਰ ਵੱਲ ਨਾਰਥ ਵੱਲ ਜਿਹੜਾ ਹੈ ਸਿੱਖ ਕਿੰਗਡਮ ਹੁੰਦਾ ਸੀਗਾ ਤੇ ਸਤਲੁਜ ਤੋਂ ਜਿਹੜਾ ਸਾਊਥ ਵੱਲ ਜਿਹੜਾ ਬੱਚੇ ਕਿਹਨਾਂ ਦਾ ਕਿੰਗਡਮ ਹੁੰਦਾ ਸੀਗਾ ਇੱਥੇ ਬੱਚੇ ਆਪਣਾ ਹੁੰਦਾ ਸੀਗਾ ਆਪਣਾ ਬ੍ਰਿਟਿਸ਼ਰਸ ਦਾ ਰਾਜ ਹੁੰਦਾ ਸੀ ਸੋ ਬੱਚੇ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਇਹ ਟ੍ਰੀਟੀ ਸੀ ਟ੍ਰੀਟੀ ਆਫ ਫਰੈਂਡਸ਼ਿਪ ਇਹ ਸਾਈਨ ਹੁੰ ਆਪਣੇ ਈਸਟ ਇੰਡੀਆ ਕੰਪਨੀ ਦੇ ਵਿਚਕਾਰ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਿਚਕਾਰ ਹਨਾ 1809 ਦੇ ਵਿੱਚ ਇਹਨੂੰ ਟ੍ਰੀਟੀ ਆਫ ਅੰਮ੍ਰਿਤਸਰ ਕਹਿੰਦੇ ਆ ਟ੍ਰੀਟੀ ਆਫ ਅੰਮ੍ਰਿਤਸਰ ਹੁਣ ਇੱਥੇ ਦੋਨੇ ਪਾਰਟੀਆਂ ਇਹ ਐਗਰੀ ਕਰ ਜਾਂਦੀਆਂ ਨੇ ਵੀ ਇੱਕ ਦੂਜੇ ਨਾਲ ਅਸੀਂ ਫ੍ਰੈਂਡਲੀ ਰਿਲੇਸ਼ਨ ਬਣਾ ਕੇ ਰੱਖਾਂਗੇ ਵੀ ਫ੍ਰੈਂਡ ਰਿਲੇਸ਼ਨ ਬਣਾਉਣੇ ਆ ਕੋਈ ਟੈਨਸ਼ਨ ਨਹੀਂ ਕੋਈ ਜ਼ਿਆਦਾ ਇੱਕ ਦੂਜੇ ਨਾਲ ਪੰਗੇ ਲੈਣ ਦੀ ਲੋੜ ਨਹੀਂ ਹਨਾ ਜੀ ਇਹ ਗੱਲ ਇਨਾਂਚ ਹੁੰਦੀ ਆ ਤਾਂ ਕਰਕੇ ਇਹਨਾਂ ਨੂੰ ਬੱਚੇ ਟ੍ਰੀਟੀ ਆਫ ਫ੍ਰੈਂਡਸ਼ਿਪ ਵੀ ਕਿਹਾ ਜਾਂਦਾ ਤੇ ਮਹਾਰਾਜਾ ਰਣਜੀਤ ਸਿੰਘ ਇਹ ਵੀ ਗੱਲ ਤੋਂ ਐਗਰੀ ਕਰਦੇ ਨੇ ਵੀ ਜਿਵੇਂ ਆ ਸਤਲੂ ਜਾਰੀ ਸਤਲੂ ਜਦੇ ਖੱਬ ਕੁਝ ਪਾਰਟ ਜਿਹੜਾ ਇਧਰਲੇ ਪਾਸੇ ਸੀਗਾ ਮੇਜਰ ਆਪਾਂ ਨੂੰ ਬਾਉਂਡਰੀ ਇਹ ਬਣਾਉਂਦੀ ਸੀ ਬਟ ਕੁਝ ਪਾਰਟ ਆਪਣਾ ਇਧਰਲੇ ਪਾਸੇ ਸੀਗਾ ਠੀਕ ਹੈ ਜੀ ਕਹਿੰਦੇ ਜੇ ਕੋਈ ਵੀ ਟਰਮ ਦੇ ਵਿੱਚ ਕੋਈ ਵਾਇਲੇਸ਼ਨ ਹੁੰਦੀ ਹੈ ਜੇ ਕੋਈ ਵੀ ਸ਼ਰਤਾਂ ਤੋਂ ਮੁੱਕਰਦਾ ਹੈ ਫਿਰ ਕਹਿੰਦੇ ਇਹ ਡੀਲ ਹੈ ਜਿਹੜੀ ਆਪਾਂ ਉੱਥੇ ਹੀ ਕੱਟ ਮੰਨਾਂਗੇ 1809 ਦੀ ਨੌ ਦੀ ਟ੍ਰੀਟੀ ਟ੍ਰੀਟੀ ਆਫ ਅੰਮ੍ਰਿਤਸਰ ਟ੍ਰੀਟੀ ਆਫ ਫਰੈਂਡਸ਼ਿਪ ਕਹਿੰਨੇ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਟ੍ਰੀਟੀਆਂ ਬਹੁਤ ਜ਼ਰੂਰੀ ਤਿੰਨ ਟ੍ਰੀਟੀਆਂ ਹੁੰਦੀਆਂ ਨੇ ਆਪਣੇ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਪੀਰੀਅਡ ਦੇ ਵਿੱਚ ਲੋ ਜੀ ਉਸ ਤੋਂ ਬਾਅ ਤਰਕੋਣੀ ਟ੍ਰੀਟੀ ਤੁਸੀਂ ਨੂੰ ਕਹਿ ਸਕਦੇ ਹੋ 1838 ਈਸਵੀ ਦੇ ਵਿੱਚ ਸਾਈਨ ਹੁੰਦੀ ਹੈ ਇਹ ਹਜੇ ਮਹਾਰਾਜਾ ਰਣਜੀਤ ਸਿੰਘ 1839 ਦੇ ਵਿੱਚ ਉਹਨਾਂ ਦੀ ਡੈਥ ਹੋਣ ਦੀ ਉਸ ਤੋਂ ਪਹਿਲਾਂ ਪਹਿਲਾਂ ਇੰਪੋਰਟੈਂਟ ਡੀਲ ਸੇ ਕਰਕੇ ਗਈ ਸੀ ਟ੍ਰਾਈਪਾਰਟਾਈਟ ਟ੍ਰੀਟੀ ਨੂੰ ਤਰਕੋਣੀ ਟ੍ਰੀਟੀ ਹੁੰਦੀ ਹੈ ਕਿਉਂਕਿ ਬੱਚੇ ਇਹਦੇ ਵਿੱਚ ਤਿੰਨ ਪਾਰਟੀਆਂ ਇਨਵੋਲ ਹੁੰਦੀਆਂ ਨੇ ਮਹਾਰਾਜਾ ਰਣਜੀਤ ਸਿੰਘ ਸਿੱਖ Empire ਤੋਂ ਤੇ ਸ਼ਾਹ ਸ਼ੋਜਾ ਅਫਗਾਨ Empire ਤੋਂ ਤੇ ਬੱਚੇ ਤੀਜੀਏ ਚ ਪਾਰਟੀ ਹੁੰਦੀ ਹੈ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਹਾਂਜੀ ਬ੍ਰਿਟਿਸ਼ਰ ਕਿੰਗਡਮ ਤੁਸੀਂ ਕਿ ਬ੍ਰਿਟਿਸ਼ ਦਾ ਕਿੰਗਡਮ ਕਹਿ ਲਓ ਤੁਸੀਂ ਹਾਂ ਨਾ ਜੀ ਸੋ ਇਹ ਟ੍ਰੀਟੀ ਸਾਈ ਇਧਰਲੇ ਪਾਸੇ ਈਸਟ ਵੱਲ ਤੋ ਜਾਣ ਤੋਂ ਰੋਕ ਲਿਆ ਗਿਆ ਤੇ ਟ੍ਰਾਈਪਾਰਟਾਈਟ ਟ੍ਰੀਟੀ ਦੇ ਵਿੱਚ ਜਿਹੜਾ ਹੈ ਖੱਬੇ ਪਾਸੇ ਵੱਲ ਵੈਸਟ ਵੱਲ ਜਾਣ ਤੋਂ ਰੋਕ ਲਿਆ ਗਿਆ ਹਨਾ ਜੀ ਟ੍ਰਾਈਪਾਰਟਾਈਟ ਟ੍ਰੀਟੀ ਲੋ ਜੀ ਸ਼ਾਹ ਸ਼ੁਜਾ ਤੇ ਬ੍ਰਿਟਿਸ਼ਰਸ ਤੇ ਸਿੱਖਾਂ ਦੇ ਵਿੱਚ ਹੁੰਦੀ ਹੈ ਹਨਾ ਜੀ ਇਹਦੇ ਵਿੱਚ ਹੁਣ ਟਰਮਸ ਕੀ ਨੇ ਕਹਿੰਦੇ ਜੀ ਇਹਦੇ ਵਿੱਚ ਟਰਮਸ ਇਹ ਨੇ ਵੀ ਸਿੱਖ ਆਰਮੀ ਸਿੱਖ ਜਿਹੜਾ ਕਿੰਗਡਮ ਹੈ ਆਰਮੀ ਪ੍ਰੋਵਾਈਡ ਕਰੂਗਾ ਸ਼ਾਹ ਸ਼ੁਜਾ ਨੂੰ ਤਾਂ ਕਿ ਉਹ ਗੱਦੀ ਉੱਤੇ ਦਵਾਰੇ ਬੈਠ ਸਕੇ ਸਿੱਖ ਹੈਲਪ ਕਰਨਗੇ ਤੇ ਈਵਨ ਕਿ ਬ੍ਰਿਟਿਸ਼ਰਸ ਵੀ ਹੈਲਪ ਕਰਨਗੇ ਸ਼ਾਹ ਸ਼ੁਜਾ ਆਪਣੀ ਫੋਰਨ ਪੋਲਿਸੀ ਜਿਹੜੀ ਵੀ ਬਣਾਊਗਾ ਕਿਸੇ ਵੀ ਦੇਸ਼ਾਂ ਨਾਲ ਚਾਹੇ ਜੋ ਜਿਹੜੇ ਹੈ ਆਪਣੇ ਰਸ਼ੀਅਨ ਹੋਣ ਜਾਂ ਉਸ ਵੇਲੇ ਦਾ ਇਰਾਨ ਹੋਵੇ ਉਹਨਾਂ ਨਾਲ ਬਾਰਡਰ ਲੱਗਦਾ ਸੀ ਇੱਥੇ ਦੇਖੋ ਉੱਪਰ ਰਸ਼ੀਆ ਲੱਗਦਾ ਸੀ ਇਧਰਲੇ ਪਾਸੇ ਇਰਾਨ ਲੱਗਦਾ ਸੀ ਜੋ ਵੀ ਫੋਰਨ ਪੋਲਿਸੀ ਬਣਾਉਣੀ ਹੈ ਵੀ ਇਹਨਾਂ ਫੋਰਨ ਨੇਸ਼ਨ ਨਾਲ ਜੋ ਵੀ ਬੱਚੇ ਇਹਨਾਂ ਨੇ ਕੋਈ ਆਪਣਾ ਜਿਹੜਾ ਤਾਲਮੇਲ ਬਿਠਾਉਣਾ ਹੈ ਤਾਂ ਉਹ ਬ੍ਰਿਟਿਸ਼ਰਸ ਦੀ ਜਿਹੜੀ ਸਲਾਹ ਤੋਂ ਬਗੈਰ ਨਹੀਂ ਕਰਨਗੇ ਇਹ ਟ੍ਰੀਟੀ ਦੀ ਇੱਕ ਸ਼ਰਤ ਸੀ ਠੀਕ ਹੈ ਜੀ ਰਣਜੀਤ ਸਿੰਘ ਜਿਹੜੇ ਹੈ ਕਲੇਮ ਕਰਦੇ ਸੀਗੇ ਵੀ ਜਿਹੜੀ ਇੰਡਸ ਰਿਵਰ ਹੈ ਇੰਡਸ ਰਿਵਰ ਦਾ ਜਿਹੜਾ ਸੱਜਾ ਬੈਂਕ ਦਾ ਸੱਜਾ ਕਿਨਾਰਾ ਹੈ ਉਧਰ ਸਾਨੂੰ ਦੇ ਦਿੱਤਾ ਜਾਵੇ ਹਨਾ ਜੀ ਸੋ ਇਹ ਜਿਹੜੀ ਹੈ ਬ੍ਰਿਟਿਸ਼ ਆ ਤੁਸੀਂ ਦੇਖ ਪਾਉਂਗੇ ਤੁਸੀਂ ਆ ਆਪਣੀ ਇੰਡਸ ਰਿਵਰ ਜਾ ਰਹੀ ਹੈ ਇੰਡਸ ਰਿਵਰ ਦਾ ਸੱਜਾ ਬੈਂਕ ਆ ਬਲਾ ਹੋਇਆ ਸੱਜਾ ਕਿਨਾਰਾ ਆ ਹੋਇਆ ਇਹਦੇ ਉੱਤੇ ਕੁਝ ਏਰੀਆ ਹੈਗੇ ਸੀ ਜਿੱਚ ਮਹਾਰਾਜਾ ਨਰਜੀਤ ਸਿੰਘ ਕਲੇਮ ਕਰਦੇ ਸੀ ਤੇ ਉਹ ਮੰਨੇ ਜਾਣਗੇ ਹਨਾ ਜੀ ਤੇ ਸ਼ਾ ਸ਼ੁਜਾ ਜਿਹੜਾ ਸਿੰਧ ਉੱਤੇ ਕੋਈ ਕਲੇਮ ਕਰਦਾ ਉਹ ਖਤਮ ਕਰੋ ਕਹਿੰਦੇ ਸਿੰਧ ਤੇ ਤੁਹਾਡਾ ਕੋਈ ਕਲੇਮ ਨਹੀਂ ਹੈਗਾ ਜੀ ਸੋ ਬ੍ਰਿਟਿਸ਼ ਵੁੱਡ ਰਿਮੇਨ ਇਨ ਦਾ ਬੈਕਗਰਾਉਂਡ ਬ੍ਰਿਟਿਸ਼ ਜੇ ਨਾ ਦੋਨਾਂ ਵਿੱਚ ਕੋਈ ਵੀ ਹੁੰਦੀ ਹੈ ਤਾਂ ਬੈਕਗਰਾਉਂਡ ਤੇ 1838 ਦੀ ਡੀਲ ਬੱਚੇ ਬਹੁਤ ਜ਼ਰੂਰੀ ਟ੍ਰਾਈਪਾਈਟਾਈਟਰੀਟੀ ਸ਼ਾਹ ਸ਼ੁਜਾ ਨਾਲ ਹੋਈ ਸੀ ਬ੍ਰਿਟਿਸ਼ਰਸ ਨਾਲ ਹੋਈ ਸੀ ਤੇ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਹੋਈ ਸੀ ਦੋ ਟ੍ਰੀਟੀਆਂ ਕਰ ਲਈ ਆਪਾਂ ਨੇ ਇੰਪੋਰਟੈਂਟ ਵਾਲੀਆਂ ਲੋ ਜੀ ਲੋ ਮਿੱਤਰੋ ਹੁਣ ਅੱਗੇ ਵਧਦੇ ਹਾਂ ਜੇ ਗੱਲ ਕੀਤੀ ਜਾਵੇ ਬੱਚੇ ਮਹਾਰਾਜਾ ਰਣਜੀਤ ਸਿੰਘ ਦਾ Empire ਦੀ ਚਾਰ ਮੇਨ ਪ੍ਰੋਵਿੰਸਸ ਚਾਰ ਮੇਨ ਸਟੇਟਸ ਕਹ ਲੋ ਮਹਾਰਾਜਾ ਰਣਜੀਤ ਸਿੰਘ ਦੇ ਸੀਗੀਆਂ ਲਾਹੌਰ ਮੁਲਤਾਨ ਕਸ਼ਮੀਰ ਪਿਸ਼ਾਵਰ ਲਾਹੌਰ ਮੁਲਤਾਨ ਕਸ਼ਮੀਰ ਤੇ ਪਿਸ਼ਾਵਰ ਜਿਨ੍ਹਾਂ ਨੂੰ ਹੈਡਕਾਉਂਟ ਕਰਦਾ ਸੀ ਨਿਜ਼ਾਮ ਕਰਦਾ ਸੀ ਨਿਜ਼ਾਮ ਉਸ ਵੇਲੇ ਦਾ ਸੀਐਮ ਕਹ ਲਓ ਤੁਸੀਂ ਇਹ ਚਾਰ ਸਟੇਟਾਂ ਸੀ ਮੇਨ ਇਹਨਾਂ ਦੇ ਵਿੱਚ ਬੱਚੇ ਹੈਡਕਾਉਂਟ ਸੀ ਸੀਐਮ ਸੀਐਮ ਜਿਵੇਂ ਹੁੰਦਾ ਆਪਣੇ ਪ੍ਰੈਜ਼ੈਂਟਲੀ ਉਦੋਂ ਬੱਚੇ ਉਹਨੂੰ ਕਹਿੰਦੇ ਸੀ ਨਿਜ਼ਾਮ ਉਹਦੇ ਥੱਲੇ ਕਾਰਦਾਰ ਹੁੰਦੇ ਸੀ ਇਹਨਾਂ ਦੇ ਚਾਰ ਲੈਵਲ ਸੀਗੇ ਪ੍ਰਸ਼ਾਸਨ ਦੇ ਮੈਂ ਤੁਹਾਨੂੰ ਕਰਵਾਉਂਗਾ ਕਿਵੇਂ ਕੀਤੀ ਸੀ ਹਨਾ ਠੀਕ ਹੈ ਜੀ ਪਹਿਲੀ ਗੱਲ ਹੋ ਗਈ ਤੇ ਬੱਚੇ ਮਹਾਰਾਜਾ ਰਣਜੀਤ ਸਿੰਘ ਆਪਣੀ ਪੀਕ ਤੇ ਬਹੁਤ ਹੀ ਜ਼ਿਆਦਾ ਤਕੜਾ ਬੰਦਾ ਸੀਗਾ ਬਹੁਤ ਹੀ ਤਕੜੀ ਆਰਮੀ ਹੁੰਦੀ ਸੀਗੀ ਜਿੰਨਾ ਵੀ ਰੈਵਨਿਊ ਇਕੱਠਾ ਹੁੰਦਾ ਸੀ ਜੀਡੀਪੀ ਜਿੰਨੀ ਵੀ ਬਣਦੀ ਸੀ ਉਸ ਵੇਲੇ ਉਹਦਾ ਤੀ ਆਰਮੀ ਉੱਤੇ ਖਰਚਾ ਜਾਂਦਾ ਸੀ ਜੇ ਅੱਜ ਦੀ ਜਿਹੜੇ ਵਿੱਚ ਤੁਸੀਂ ਦੇਖੋ ਨਾ ਇੰਨਾ ਪੈਸਾ ਪਰਸੈਂਟੇਜ ਵਾਈਜ਼ ਕੋਈ ਵੀ ਕੰਟਰੀ ਨਹੀਂ ਲਾ ਰਹੀ 33% ਉਸ ਵੇਲੇ ਇੰਨਾ ਪੈਸਾ ਇਹ ਸਿਰਫ ਆਰਮੀ ਉੱਤੇ ਲਾਉਂਦੇ ਹੁੰਦੇ ਸੀਗੇ ਠੀਕ ਹੈ ਜੀ ਤੇ 1822 ਦੇ ਵਿੱਚ ਇਹਨਾਂ ਨੇ ਇਹ ਡਿਸਾਈਡ ਕੀਤਾ ਸੀਗਾ ਵੀ ਆਰਮੀ ਨੂੰ ਹੁਣ ਆਪਾਂ ਮਾਡਰਨਾਈਜ਼ ਕਰੀਏ ਹਨਾ ਜੀ ਸਮਕਾਲੀ ਸਮਿਆਂ ਦੇ ਹਿਸਾਬ ਨਾਲ ਆਪਣੀ ਆਰਮੀ ਨੂੰ ਇੰਨੀ ਸਟਰੋਂਗ ਕਰੀਏ ਇੰਨੀ ਸਟਰੋਂਗ ਕਰੀਏ ਵੀ ਜੇ ਕੋਈ ਵੀ ਆਵੇ ਉੱਕੇ ਲਾ ਕੇ ਭੇਜੀ ਹੁੰਦੇ ਠੀਕ ਹੈ ਜੀ ਸੋ ਯੂਰੋਪੀਅਨ ਸਟੈਂਡਰਡਸ ਤੇ ਇਹਨਾਂ ਨੇ ਬੱਚੇ ਮਾਡਰਨਾਈਜ਼ ਕਰਨਾ ਸਟਾਰਟ ਕਰਤਾ ਸੀ 1800 ਦੇ 22 ਦੇ ਵਿੱਚ ਇਸ ਕਰਕੇ ਇਹਨਾਂ ਨੇ ਫੋਰਨ ਸਰਕਾਰਾਂ ਤੋਂ ਫੋਰਨ ਦੇਸ਼ ਸੀਗੇ ਉਸ ਵੇਲੇ ਜਿਹੜੇ ਵੀ ਸੀਗੇ ਯੂਰੋਪ ਯੂਰੋਪੀ ਉਦੋਂ ਹੁੰਦਾ ਹੀ ਸੀ ਬੱਚਿਓ ਆਪਣਾ ਅਮਰੀਕਾ ਹੁੰਦਾ ਸੀ ਇਟਲੀ ਹੁੰਦਾ ਸੀ ਉੱਥੋਂ ਜਰਨਲ ਮੰਗਾਏ ਵੀ ਆਓ ਸਾਡੇ ਸਿੱਖਾਂ ਨੂੰ ਜਿਹੜੀਆਂ ਮਾਡਰਨ ਫੋਰਸਸ ਜਿਹੜੀਆਂ ਹੈਗੀਆਂ ਨੇ ਮਾਡਰਨ ਜਿਹੜੇ ਇਕਵਿਪਮੈਂਟਸ ਨੇ ਟੂਲਸ ਨੇ ਮਾਡਰਨ ਸਟ੍ਰੈਟਜੀਜ਼ ਨੇ ਉਹ ਸਿਖਾਓ ਇਸ ਕਰਕੇ 6 ਜਰਨਲਰਾਂ ਦਾ ਤੁਸੀਂ ਨਾਮ ਯਾਦ ਰੱਖਣਾ ਹੈ ਜਿਹੜੇ ਫੋਰ ਠੀਕ ਹੈ ਜੀ ਉਹ ਛੇ ਜਰਨਲ ਬੱਚੇ ਮਹਾਰਾਜਾ ਰਣਜੀਤ ਸਿੰਘ ਨੇ ਕਿਹੜੇ-ਕਿਹੜੇ ਰੱਖੇ ਸੀ ਆ ਦੇਖੋ ਜੀ ਸਭ ਤੋਂ ਪਹਿਲਾਂ ਤੁਸੀਂ ਯਾਦ ਰੱਖੋਗੇ ਯੂਰੋਪੀਅਨ ਜਰਨਲ ਯੂਰੋਪ ਤੋਂ ਮਂਗਾਈ ਸੀੜੇ ਜੀਨ ਬੈਪਟਿਸਟ ਵੈਂਚੂਰਾ ਤੇ ਬੱਚੇ ਜੀਨ ਫਰੈਂਕੁਇਸ ਅਲਾਰਡ ਇਹ ਦੋ ਬੱਚੇ ਜਿਹੜੇ ਸੀ ਆਪਾਂ ਫਰਾਂਸ ਤੋਂ ਮਂਗਾਈ ਸੀਗੇ ਨਪੋਲੀਅਨ ਦੇ ਰਾਜ ਤੋਂ ਬਾਅਦ ਜੋ ਨਪੋਲੀਅਨ ਦਾ ਬੱਚੇ ਡਿਮਾਈਸ ਹੁੰਦਾ ਉਹਦੇ ਕਿੰਗਡਮ ਦਾ ਉਸ ਤੋਂ ਬਾਅਦ ਆ ਦੋਨੇ ਆਪਾਂ ਰੱਖ ਲਈ ਸੀਗੇ ਜੀਨ ਬੈਪਟਿਸਟ ਵੈਂਚੂਰਾ ਜਿਹਨੂੰ ਫੌਜੇ ਖਾਸ ਫੌਜੇ ਖਾਸ ਯੂਨਿਟ ਦਾ ਹੈੱਡ ਬਣਾਇਆ ਗਿਆ ਸੀ ਫੌਜੇ ਖਾਸ ਦੇ ਵਿੱਚ ਬੱਚ ਸੱਤ-ਸੱਤ ਫੁੱਟ ਦੇ ਮੁੰਡੇ ਰੱਖਦੇ ਹੁੰਦੇ ਸੀ ਲੰਬੇ-ਲੰਬੇ ਤਕੜੇ-ਤਕੜੇ ਫੌਜ-ਏ-ਖਾਸ ਦਾ ਮੁਖੀ ਬਣਤਾ ਜੀਨ ਬੈਪਟਿਸਟ ਵੈਂਚੂਰਾ ਨੂੰ ਤੇ ਜੀਨ ਫਰੈਂਕੁਇਸ ਅਲਾਰਡ ਨੂੰ ਬਥੇ ਚਾਰਜ ਦਿੱਤਾ ਵੀ ਤੂੰ ਕੀ ਸਾਹਮਣਾ ਕੈਵਲਰੀ ਯਾਨੀ ਕਿ ਜਿਹੜੀ ਘੋੜਸਵਾਰ ਵਾਲੀ ਫੌਜ ਹੈ ਉਹਨੂੰ ਸਾਹਮਣਾ ਤੂੰ ਆਹ ਦੋ ਜਨਰਲ ਬੱਚੇ ਯੂਰਪ ਤੋਂ ਮੰਗਾਈ ਸੀ ਆਪਾਂ ਨੇ ਫਰਾਂਸ ਤੋਂ ਅਗਲੇ ਦੋ ਜਿਹੜੇ ਯੂਐਸਏ ਤੋਂ ਅਮਰੀਕਾ ਤੋਂ ਮੰਗਾਈ ਸੀ ਉਹ ਕਿਹੜੇ ਸੀ ਅਲੈਗਜ਼ੈਂਡਰ ਗਾਰਡਨਰ ਤੇ ਜੋਸ਼ੀਆ ਹਰਲਨ ਅਲੈਗਜ਼ੈਂਡਰ ਗਾਰਡਨਰ ਤੇ ਜੋਸ਼ੀਆ ਹਰਲਨ ਤੇ ਜਿਹੜੇ ਆਪਾਂ ਨੇ ਇਟਲੀ ਤੋਂ ਮੰਗਾਈ ਸੀ ਆਪਾਂ ਨੇ 4.5 ਸਟਾਰਟ ਕੀਤਾ ਸੀ ਗੁੰਤਾਸ਼ ਠੀਕ ਹੈ ਜੀ 4.5 ਸਟਾਰਟ ਕੀਤਾ ਸੀ ਦੁਬਾਰਾ ਦੇਖ ਲੋ ਰਿਕਾਰਡਡ ਕੋਈ ਚੱਕਰ ਨਹੀਂ ਆ 6 ਯੂਰੋਪੀਅਨ A6 ਜਨਰਲ ਫੋਰਨ ਤੋਂ ਮੰਗਾ ਲਏ ਸੀ ਆਪਾਂ ਨੇ ਠੀਕ ਹੈ ਜੀ ਸੋ ਇਸ ਗੱਲ ਨੂੰ ਤੁਸੀਂ ਯਾਦ ਰੱਖੋਗੇ ਲੋ ਜੀ ਆਪਾਂ ਨੇ ਆਰਮੀ ਨੂੰ ਮਾਡਰਨਾਈਜ਼ ਕਰਨਾ ਸੀ ਹਨਾ ਜੀ ਉਸ ਤੋਂ ਬਾਅਦ ਲੋ ਜੀ ਮਿੱਤਰੋ ਸਾਰੀ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਦੀ ਗੱਲ ਕਰਾਂਗੇ ਸਾਰਾ ਪ੍ਰਸ਼ਾਸਨ ਸਮਝਾਂਗੇ ਮਹਾਰਾਜਾ ਰਣਜੀਤ ਸਿੰਘ ਦਾ ਕੰਮੇ ਚਲਾਉਂਦੇ ਸੀਗੇ ਠੀਕ ਹੈ ਜੀ ਸਰਕਾਰ ਦਾ ਕੀ ਨਾਮ ਰੱਖਿਆ ਸੀ ਸਰਕਾਰੇ ਖਾਲਸਾ ਖਾਲਸੇ ਦੀ ਸਰਕਾਰ ਹੈ ਮਹਾਰਾਜਾ ਰਣਜੀਤ ਸਿੰਘ ਨੇ ਨਾਮ ਕਿ ਰੱਖਿਆ ਸੀ ਖਾਲਸਾ ਸਰਕਾਰ ਇੱਕ ਖਾਲਸਾ ਚਾਰ ਮੇਨ ਪ੍ਰੋਵਿੰਸਸ ਦੇ ਵਿੱਚ ਡਿਸਾਈਡ ਡਿਵਾਈਡ ਕੀਤਾ ਸੀ ਜਿਹੜੇ ਸਟੇਟ ਮੰਨ ਲਓ ਅੱਜ ਦੀਆਂ ਇਹ ਚਾਰ ਪ੍ਰੋਵਿੰਸਸ ਕਿਹੜੀਆਂ ਸੀ ਸੂਬਾਏ ਮਲਤਾਨ ਪਹਿਲਾਂ ਵੀ ਦੱਸਿਆ ਸੀ ਸੂਬਾਏ ਪੇਸ਼ਾਵਰ ਸੂਬਾਏ ਲਾਹੌਰ ਤੇ ਸੂਬਾਏ ਕਸ਼ਮੀਰ ਸੂਬਾਏ ਮਲਤਾਨ ਸੂਬਾਏ ਪੇਸ਼ਾਵਰ ਸੂਬਾਏ ਲਾਹੌਰ ਤੇ ਸੂਬਾਏ ਕਸ਼ਮੀਰ ਜਰਨੈਲ ਕੌਣ ਸੀ ਜਰਨੈਲ ਕੌਣ ਸੀ ਵਿੱਚ ਕਮਾਂਡਰ ਕੌਣ ਸੀ ਕਮਾਂਡਰ ਇਨ ਚੀਫ ਕੌਣ ਸੀ ਸਿੱਖ ਖਾਲਸਾ ਫੌਜ ਦਾ ਤਾਂ ਨਾਮ ਯਾਦ ਰੱਖ ਲਿਓ ਹਰੀ ਸਿੰਘ ਨਲਵੇ ਦਾ ਹਰੀ ਸਿੰਘ ਨਲਵਾ ਕਮਾਂਡਰ ਇਨ ਚੀਫ ਸੀਗਾ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਦਾ ਮੇਨ ਲੀਡਰ ਠੀਕ ਹੈ ਜੀ ਲੋ ਜੀ ਤੇ ਬੱਚੇ ਉਸ ਵੇਲੇ ਮਹਾਰਾਜਾ ਨੂੰ ਕੀ ਕਿਹਾ ਜਾਂਦਾ ਸੀ ਨਪੋਲੀਅਨ ਪੰਜਾਬ ਦਾ ਨਪੋਲੀਅਨ ਕਹਿੰਦੇ ਆਪਣੇ ਪੰਜਾਬ ਦਾ ਨਪੋਲੀਅਨ ਕੌਣ ਹੈ ਜੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਉਂਕਿ ਐਕਸਪੈਂਡ ਬਹੁਤ ਕੀਤਾ ਸੀ ਕੰਪਾਇਰ ਹੈ ਨਾ ਐਕਸਪੈਂਡ ਬਹੁਤ ਕੀਤਾ ਲੋ ਜੀ ਉਸ ਤੋਂ ਬਾਅਦ ਬੱਚੇ ਜਿਹੜੇ ਚਾਰ ਲੈਵਲ ਸੀਗੇ ਮਹਾਰਾਜਾ ਦੀ ਜਿਹੜੀ ਪ੍ਰਸ਼ਾਸਨ ਦੇ ਚਾਰ ਲੈਵਲ ਸੀ ਜਿਵੇਂ ਸਟੇਟ ਹੁੰਦੀ ਹੈ ਫਿਰ ਡਿਸਟ੍ਰਿਕਟ ਹੁੰਦਾ ਹੈ ਹੈਨਾ ਫਿਰ ਆਪਣਾ ਅੱਗੇ ਥੱਲੇ ਵਿਲੇਜ ਆ ਜਾਂਦਾ ਬਿਲਕੁਲ ਲੋਅ ਲੈਵਲ ਤੇ ਉਸ ਹਿਸਾਬ ਨਾਲ ਸੂਬਾ ਅੱਜ ਦੀ ਡੇਟ ਵੀ ਤੁਸੀਂ ਜਿਹਨੂੰ ਸਟੇਟ ਕਹਿੰਦੇ ਹੋ ਸਟੇਟ ਦਾ ਆਪਾਂ ਅੱਜ ਚੀਫ ਕੌਣ ਹੁੰਦਾ ਸੀਐਮ ਹੁੰਦਾ ਉਸ ਵੇਲੇ ਕੌਣ ਸੀ ਨਿਜ਼ਾਮ ਨਿਜ਼ਾਮ ਆਫ ਹਾਈਦਰਾਬਾਦ ਤੁਸੀਂ ਯਾਦ ਹੋਣਾ ਤੁਹਾਨੂੰ ਨਾ ਨਿਜ਼ਾਮ ਆਫ ਹਾਈਦਰਾਬਾਦ ਸੂਬੇ ਨੂੰ ਕੌਣ ਲੀਡ ਕਰਦਾ ਸੀਗਾ ਜੀ ਨਿਜ਼ਾਮ ਫਿਰ ਥੱਲੇ ਲੈਵਲ ਆਉਂਦਾ ਬੱਚੇ ਜਿਹੜਾ ਡਿਸਟ੍ਰਿਕਟ ਹੈ ਸਟੇਟ ਤੋਂ ਬਾਅਦ ਥੱਲੇ ਡਿਸਟ੍ਰਿਕਟ ਉਸ ਵੇਲੇ ਆਪਾਂ ਨੂੰ ਕਹਿੰਦੇ ਸੀ ਪਰਗਨਾ ਪਰਗਨਾ ਸੂਬੇ ਤੋਂ ਥੱਲੇ ਪਰਗਨਾ ਤੇ ਪਰਗਨਾ ਨੂੰ ਲੀਡ ਕਰਦਾ ਹੁੰਦਾ ਸੀ ਬੱਚੇ ਕਾਰਦਾਰ ਡਿਸਟ੍ਰਿਕਟ ਹੈਡ ਕੌਣ ਹੁੰਦਾ ਸੀ ਕਾਰਦਾਰ ਫਿਰ ਉਹਨਾਂ ਥੱਲੇ ਬੱਚੇ ਤਹਿਸੀਲ ਤਹਿਸੀਲ ਨੂੰ ਬੱਚੇ ਉਸ ਵੇਲੇ ਕੀ ਕਹਿੰਦੇ ਸੀ ਤਲੂਕਾ ਤਹਿਸੀਲ ਨੂੰ ਕੀ ਕਹਿੰਦੇ ਸੀ ਤਲੂਕਾ ਤੇ ਤਲੂਕ ਨੂੰ ਤਲੂਕੇ ਨੂੰ ਜਿਹੜਾ ਹੈ ਬੱਚੇ ਲੀਡ ਕਰਦਾ ਸੀ ਤਲੂਕਦਾਰ ਕੌਣ ਤਲੂਕਦਾਰ ਫਿਰ ਗੱਲ ਆਉਂਦੀ ਹੈ ਬੱਚੇ ਥੱਲੇਲੇ ਵਿਲੇਜ ਦੀ ਵਿਲੇਜ ਨੂੰ ਕਹਿੰਦੇ ਸੀ ਮੋਜ਼ਾ ਕੀ ਕਹਿੰਦੇ ਸੀ ਮੋਜ਼ਾ ਤੇ ਮੋਜ਼ਾ ਨੂੰ ਬੱਚੇ ਕੌਣ ਲੀਡ ਕਰਦਾ ਸੀ ਮੁਕੱਦਮ ਕੌਣ ਕਰਦਾ ਸੀ ਬੱਚਿਓ ਮੁਕੱਦਮ ਇਹ ਤੁਸੀਂ ਗੱਲ ਯਾਦ ਰੱਖਣੀ ਹੈ ਪ੍ਰਸ਼ਾਸਨ ਦੀ ਹਨਾ ਜੀ ਕਿਹੜੇ ਲੈਵਲ ਤੇ ਪ੍ਰਸ਼ਾਸਨ ਸੀ ਤੇ ਕਿਹੜੇ ਲੈਵਲ ਨੂੰ ਕੌਣ ਲੀਡ ਕਰਦਾ ਸੀ ਨਿਜ਼ਾਮਕਾਰ ਦਾ ਤਲੂਕਦਾਰ ਮੁਕੱਦਮ ਲੋ ਜੀ ਲੋ ਜੀ ਤੇ ਮਹਾਰਾਜ ਜਦ ਜਿਹੜੀ ਰਣਜੀਤ ਸਿੰਘ ਬਹੁਤ ਹੀ ਜ਼ਿਆਦਾ ਤੁਸੀਂ ਕਹਿੰਦੇ ਹੋ ਛਾਤਰ ਤੇ ਨੋਬਲ ਕਿੰਗ ਸੀਗਾ ਉਹ ਆਪਣੇ ਧਰਮ ਦੇ ਪ੍ਰਤੀ ਹਨਾ ਬਾਈਸ ਦੇ ਨਹੀਂ ਸੀਗਾ ਵੀ ਮੈਂ ਆਪਣੇ ਧਰਮ ਦੀ ਗੱਲ ਕਰਨੀ ਹੈ ਸਿੱਖਾਂ ਦੀ ਗੱਲ ਕਰਨੀ ਹੈ ਨੋਬਲ ਕਿੰਗ ਸੀ ਨੋਬਲ ਕਿੰਗ ਸੀਗਾ ਸਮਝਦਾਰ ਕਿੰਗ ਸੀਗਾ ਚਲਾਕ ਸੀਗਾ ਉਹਨੂੰ ਪਤਾ ਸੀ ਵੀ ਕਿਹੜੇ ਵੇਲੇ ਕੀ ਅਸੀਂ ਸਟੈਪ ਲੈਣੇ ਨੇ ਸਾਰਿਆਂ ਨੂੰ ਇਕੱਠੇ ਕਿਦਾਰ ਰੱਖਣਾ ਹੈ ਇਸ ਕਰਕੇ ਜਿਹੜੇ ਇੰਪੋਰਟੈਂਟ ਮੰਤਰਾਲੇ ਸੀ ਜਿਵੇਂ ਅੱਜ ਦੇ ਵਿੱਚ ਮੰਤਰੀ ਮੰਤਰਾਲਿਆਂ ਦੇ ਹੋਣੇ ਡਿਪਾਰਟਮੈਂਟ ਆਫ ਫਾਈਨੈਂਸ ਡਿਪਾਰਟਮੈਂਟ ਆਫ ਫੋਰਨ ਅਫੇਅਰਸ ਹਨਾ ਉਮੇ ਉਮੇ ਬੱਚੇ ਇਹਨਾਂ ਨੇ ਜਿਹੜੇ ਹੈ ਤਿੰਨ ਆਪਣੇ ਮੇਨ ਮੰਤਰੀ ਅਲੱਗ ਧਰਮਾਂ ਤੋਂ ਰੱਖੇ ਹੋਏ ਸੀ ਕਿਵੇਂ ਦੇਖੋਗੇ ਤੁਸੀਂ ਫੋਰਨ ਮਿਨਿਸਟਰ ਇਸ ਵੇਲੇ ਫੋਰਨ ਮਿਨਿਸਟਰ ਕੌਣ ਨੇ ਆਪਣੇ ਐਸ ਜੈ ਸ਼ੰਕਰ ਜੀ ਹਨਾ ਜੀ ਫੋਰਨ ਮਿਨਿਸਟਰ ਕਿਹਨੂੰ ਰੱਖਿਆ ਇਹਨਾਂ ਨੇ ਫਕੀਰ ਅਜੀਜ਼ਉਦੀਨ ਜਿਹੜੇ ਇੱਕ ਮੁਸਲਮਨ ਸੀ ਮੁਸਲਮਾਨ ਸੀਗੇ ਫਕੀਰ ਅਜੀਜ਼ਉਦੀਨ ਉਹਨਾਂ ਨੂੰ ਫੋਰਨ ਮਿਨਿਸਟਰ ਰੱਖਿਆ ਫਾਈਨੈਂਸ ਮਿਨਿਸਟਰ ਐਥੀ ਕੌਣ ਨੇ ਆਪਣੇ ਹੁਣ ਕੌਣ ਨੇ ਐਨੀਬਾਡੀ ਸਿਤਾਰਮਨ ਹਣਾ ਲੋਜੀ ਫਾਈਨਾਂਸ ਮਿਨਿਸਟਰ ਉਹ ਕੌਣ ਸੀਗੇ ਦਿਨਾਨਾਥ ਦਿਨਾਨਾਥ ਇੱਕ ਬ੍ਰਾਹਮਣ ਸੀ ਤੇ ਬੱਚੇ ਹੋਮ ਮਿਨਿਸਟਰ ਗ੍ਰਹਿ ਮੰਤਰੀ ਕੌਣ ਸੀਗੇ ਗ੍ਰਹਿ ਮੰਤਰੀ ਗ੍ਰਹਿ ਮੰਤਰੀ ਸੀਗੇ ਜੀ ਰਾਜਾ ਧਿਆਨ ਸਿੰਘ ਡੋਗਰਾ ਜੀ ਰਾਜਾ ਧਿਆਨ ਸਿੰਘ ਡੋਗਰਾ ਸੋ ਅਲੱਗ-ਅਲੱਗ ਧਰਮਾਂ ਦੇ ਹਿਸਾਬ ਨਾਲ ਸਾਰਿਆਂ ਨੂੰ ਮੌਕਾ ਦਿੱਤਾ ਇਹ ਤੁਸੀਂ ਗੱਲ ਜ਼ਰੂਰ ਯਾਦ ਰੱਖਣੀ ਹੈ ਉਸ ਤੋਂ ਬਾਅਦ ਦੋ ਇੰਪੋਰਟੈਂਟ ਆਪਣੇ ਪੰਜਾਂ ਤਖਤਾਂ ਵਿੱਚੋਂ ਦੋ ਬਾਲੇ ਇੰਪੋਰਟੈਂਟ ਤਖਤ ਜਿਹੜੇ ਕਿ ਮਹਾਰਾ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਨੇ ਗੁਰੂ ਗੋਬਿੰਦ ਸਿੰਘ ਦਾ ਜਨਮ ਹੁੰਦਾ ਪਟਨਾ ਸਾਹਿਬ ਦੇ ਵਿੱਚ ਤੇ ਗੁਰੂ ਜੀ ਜੋਤੀ ਜੋ ਸਮਾਉ ਆਪਣੇ نیچے ਜਾ ਕੇ ਆਪਣੇ ਤਖਤਸ਼ਰੀ ਹਜੂਰ ਸਾਹਿਬ ਦੇ ਵਿੱਚ ਤਾਂ ਉਹ ਜਿਹੜੇ ਮੇਨ ਤਖਤ ਨੇ ਦੋ ਹਜੂਰ ਸਾਹਿਬ ਤੇ ਪਟਨਾ ਸਾਹਿਬ ਦੋਨੋਂ ਦੋਨੇ ਕੰਸਟਰਕਟ ਕੀ ਨੇ ਕਰਵਾਈ ਸੀ ਮਗ ਗੁਰਗੋਮੀ ਸਿੰਘ ਜੀ ਵੱਲੋਂ ਜਿਹੜੇ ਜਿਹੜੇ ਹੈ ਓਬਵੀਅਸਲੀ ਉਹਨਾਂ ਨਾਲ ਐਸੋਸੀਏਟਡ ਸੀ ਇਹਨੂੰ ਕੰਸਟਰਕਟ ਕਰਵਾਉਣ ਵਾਲਾ ਵੀ ਮਹਾਰਾਜਾ ਰਣਜੀਤ ਸਿੰਘ ਜੀ ਸੀਗੇ ਇਹ ਗੱਲ ਵੀ ਯਾਦ ਰੱਖਣਾ ਫਿਲਾਂਥਰੋਫਿਸਟ ਵੀ ਸੀਗੇ ਜਿਵੇਂ ਅਬ ਕਰੰਟ ਅਫੇਅਰ ਚ ਅੱਜ ਕੀਤਾ ਸੀ ਨਾ ਵੀ ਇੰਡੀਆ ਦੀ ਲਿਸਟ ਵਿੱਚ ਫਿਲਾਂਥਰੋਫੀ ਲਿਸਟ ਦੇ ਵਿੱਚ ਕੌਣ ਪਹਿਲੇ ਨੰਬਰ ਤੇ ਆਇਆ ਲਿਖ ਦਿਓ ਮੈਂ ਚੈੱਕ ਕਰੂੰਗਾ ਬਾਅਦੋਂ ਠੀਕ ਹੈ ਜੀ ਜੇ ਕਰੰਟ ਅਫੇਅਰ ਆ ਦੇਖ ਸੋ ਐਵੇਂ ਹੀ ਇੱਥੇ ਬੱਚੇ ਫਲੰਤ ਟ੍ਰੋਫੀ ਦਾ ਵੀ ਕੰਮ ਕੀਤਾ ਇਹਨਾਂ ਨੇ ਉਸ ਤੋਂ ਬਾਅਦ ਬੱਚੇ ਐਵੇਂ ਨਹੀਂ ਸੀਗਾ ਵੀ ਹਾਂ ਵੀ ਸਿਰਫ ਜਿਹੜੇ ਸਿੱਖਾਂ ਦੇ ਰਿਲੀਜੀਅਸ ਧਾਰਮਿਕ ਜਿਹੜੇ ਸੰਸਥਾਨ ਨੇ ਉਹਨਾਂ ਤੇ ਹੀ ਕੀਤਾ ਜਾਊਗਾ ਮੰਦਰਾਂ ਦੇ ਵਿੱਚ ਵੀ ਪੈਸੇ ਦਿੱਤੇ ਹਨਾ ਜਮੇ ਇਹਨਾਂ ਨੇ 골ਡ ਡੋਨੇਟ ਸਿਰਫ ਹਰਮੰਦਰ ਸਾਹਿਬ ਲਈ ਨਹੀਂ ਕੀਤਾ ਸੀ ਉਹਨਾਂ ਨੇ ਵਿਸ਼ਵਨਾਥ ਟੈਂਪਲ ਵਾਸਤੇ ਵੀ ਜਿਹੜਾ ਬਨਾਰਸ ਵਿੱਚ ਆ ਬੱਚੇ ਉੱਥੇ ਵੀ 골ਡਨ ਨੇਟ ਕੀਤਾ ਜਵਾਲਾਮੁਖੀ ਟੈਂਪਲ ਹਿਮਾਚਲ ਪ੍ਰਦੇਸ਼ ਵਾਲਾ ਉੱਥੇ ਵੀ 골ਡਨ ਨੇਟ ਕੀਤਾ ਤੇ ਜਿਹੜੀਆਂ ਹਰਮੰਦਰ ਸਾਹਿਬ ਦੇ ਦੀਵਾਰਾਂ ਵਿੱਚ ਸੋਨੇ ਵਿੱਚ ਜਿਣਵਾਏਆਂ ਗਈਆਂ ਨੇ ਉਹ ਵੀ ਉਹਦੇ ਲਈ ਵੀ 골ਡ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਤੇ ਸਦਾ ਕੌਰ ਜਿਹੜੀ ਉਹਨਾਂ ਦੇ ਬੱਚੇ ਸੱਸ ਸੀਗੇ ਮਦਰਨ ਲਾ ਸੀਗੇ ਇਹਨਾਂ ਦੋਨਾਂ ਨੇ ਹੀ ਮਿਲ ਕੇ ਹਰਮੰਦਰ ਸਾਹਿਬ ਦੇ ਵਿੱਚ ਜਿਹੜੀਆਂ ਜਿਹੜੀਆਂ ਸੋਨੇ ਦੀਆਂ ਪਲੇਟਾਂ ਲਾਈਆਂ ਹਨਾ ਜੀ ਸੋ ਉਸ ਤੋਂ ਬਾਅਦ 1839 ਦੇ ਵਿੱਚ ਬੱਚੇ ਇਹਨਾਂ ਦੀ ਡੈਥ ਹੋ ਜਾਂਦੀ ਹੈ 1839 ਦੇ ਵਿੱਚ ਇਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਬੱਚੇ ਅਨਾਰਕੀ ਛੜ ਜਾਂਦੀ ਹੈ ਵੀ ਕੌਣ ਰਾਜਾ ਬਣੂ ਕੌਣ ਰਾਜਾ ਬਣੂ ਪਾਵਰ ਸਟਰਗਲ ਚੱਲਦਾ ਬੱਚੇ ਸਿੱਖ ਇੰਪਾਇਰ ਦੇ ਵਿੱਚ ਹੀ ਕੂਣ ਖਰਾਬਾ ਬਹੁਤ ਜ਼ਿਆਦਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਇੱਕਦਮ ਹੀ ਬੱਚੇ ਜਿਹੜੀ ਹੈ ਖੜਕ ਸਿੰਘ ਜਿਹੜੇ ਹੈ ਆਪਣੇ ਅ ਗੱਡੀ ਉੱਤੇ ਬੈਠਦੇ ਨੇ ਉਸ ਤੋਂ ਬਾਅਦ ਬੱਚੇ ਕਤਲਾਂ ਦੀ ਨੇਰੀ ਲੱਗ ਜਾਂਦੀ ਹੈ ਕਤਲ ਤੇ ਕਤਲ ਹੁੰਦੇ ਨੇ ਠੀਕ ਹੈ ਜੀ ਦੇਖਿਆ ਜਾਵੇ ਖੜਕ ਸਿੰਘ ਆਉਂਦੇ ਨੇ ਫਿਰ ਫਿਰ ਨੌ ਨਿਹਾਲ ਫਿਰ ਸ਼ੇਰ ਸਿੰਘ ਫਿਰ ਤਾਰਾ ਸਿੰਘ ਫਿਰ ਮਲਤਾਨਾ ਸਿੰਘ ਫਿਰ ਕਸ਼ਮੀਰਾ ਸਿੰਘ ਪਿਸ਼ੋਰਾ ਸਿੰਘ ਇਹ ਬੱਚੇ ਬਹੁਤ ਕਤਲਿਆਮ ਤੋਂ ਬਾਅਦ ਬੱਚੇ ਫਿਰ ਐਟ ਲਾਸਟ ਇੱਕ ਸਟੇਬਲ ਇੱਕ ਫੇਰ ਦੁਬਾਰਾ ਇੱਕ ਫੇਜ਼ ਆਉਂਦਾ ਤੇ ਦਲੀਪ ਸਿੰਘ ਨੂੰ ਬੱਚੇ ਰਾਜਾ ਬਣਾ ਦਿੱਤਾ ਜਾਂਦਾ ਹੈ ਦਲੀਪ ਸਿੰਘ ਜੀ ਨੂੰ ਰਾਜਾ ਬਣਾ ਦਿੱਤਾ ਜਾਂਦਾ ਬੱਚੇ ਠੀਕ ਹੈ ਜੀ ਦਲੀਪ ਸਿੰਘ ਨੂੰ ਰਾਜਾ ਬਣਾ ਦਿੱਤਾ 5 ਸਾਲ ਦੇ ਹੀ ਸੀਗੇ ਸਿਰਫ ਅਜੇ ਹਨਾ ਜੀ 5 ਸਾਲ ਦੇ ਹੀ ਸੀਗੇ ਸਿਰਫ ਤੇ ਉਦੋਂ ਵੇਲੇ ਹੀ ਇਹਨਾਂ ਨੂੰ ਰਾਜਾ ਬਣਾਇਆ ਗਿਆ ਹੀਰਾ ਸਿੰਘ ਡੋਗਰਾ ਨੂੰ ਸੀਐਮ ਬਣਾਇਆ ਗਿਆ ਉਸ ਵੇਲੇ ਚੀਫ ਮਨਿਸਟਰ ਹੀਰਾ ਸਿੰਘ ਡੋਗਰਾ ਜੀ ਨੂੰ ਹਨਾ ਜੀ ਸੋ ਇਸ ਗੱਲ ਨੂੰ ਤੁਸੀਂ ਯਾਦ ਰੱਖੋਗੇ ਤੇ ਰੈਜੈਂਟ ਕਿਹਨੂੰ ਰੱਖਿਆ ਗਿਆ ਰੈਜੈਂਟ ਕੀ ਹੁੰਦਾ ਬੱਚੇ ਜਿਹੜਾ ਕਿ ਰਾਜੇ ਦੇ ਬਿਹਾਫ ਤੇ ਰੂਲ ਕਰਦਾ ਕਿਉਂਕਿ ਰਾਜਾ ਹਜੇ ਮਾਈਨਰ ਸੀ 5 ਸਾਲਾਂ ਦੇ ਸੀ ਦਲੀਪ ਸਿੰਘ ਤੇ ਉਹਨਾਂ ਦੇ ਬਿਹਾਫ ਤੋਂ ਰੂਲ ਕੀਤਾ ਬੱਚੇ ਉਹਨਾਂ ਦੀ ਮਦਰ ਮਹਾਰਾਣਾ ਮਹਾਰਾਣੀ ਜੀਨਕੌਰ ਜੀ ਨੇ ਸੀਐਮ ਕੌਣ ਸੀ ਠੀਕ ਹੈ ਜੀ ਸੋ ਇਹ ਜਾਂ ਤੁਸੀਂ ਰੱਖੋਗੇ ਮਹਾਰਾਣਾ ਜੀਤ ਕੌਰ ਜੀ ਬਿਕਮ ਹਿਸ ਰੈਜੈਂਟ 올 ਰਾਈਟ ਸ਼ਾਬਾਸ਼ ਵੈਰੀ ਗੁੱਡ ਜੀ ਲੋ ਜੀ ਦਲੀਪ ਸਿੰਘ ਜੀ ਹਨਾ ਜੀ ਉਸ ਤੋਂ ਬਾਅਦ ਬੱਚੇ ਦਲੀਪ ਸਿੰਘ ਜੀ 1843 ਤੋਂ ਲੈ ਕੇ 1849 ਤੱਕ ਰਾਜੇ ਬਣਦੇ ਨੇ ਹਨਾ ਫਿਰ ਦੋ ਜਦੋਂ ਐਂਗਲੋ ਸਿੱਖ ਵਾਰ ਹੁੰਦੇ ਨੇ ਅੰਗਰੇਜ਼ਾਂ ਨਾਲ ਦੋ ਲੜਾਈਆਂ ਹੁੰਦੀਆਂ ਨੇ ਉਸ ਤੋਂ ਬਾਅਦ ਜਿਹੜਾ ਹੈ ਦਲੀਪ ਸਿੰਘ ਨੂੰ ਵੀ ਜਿਹੜਾ ਹੈ ਰਿਟਾਇਰਮੈਂਟ ਦੇ ਦਿੱਤੀ ਜਾਂਦੀ ਹੈ ਤੇ ਸਿੱਖਾਂ ਪੈਨ ਨੂੰ ਕੈਪਚਰ ਕੀਤਾ ਜਾਂਦਾ ਹੁਣ ਇੱਥੇ ਗੱਲ ਰਹਿ ਗਈ ਹੁਣ ਦੋ ਐਂਗਲੋ ਸਿੱਖ ਵਾਰਸ 1839 ਤੋਂ ਬਾਅਦ ਬੱਚੇ ਹਣਾ ਜੀ ਐਂਗਲੋ ਸਿੱਖ ਵਾਰਸ ਦੀ ਗੱਲ ਕਰਦੇ ਆਪਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਕੁਐਸਚਨ ਬਣਦਾ ਪਰ ਪਰ ਕੇ ਪਰ ਪਰ ਕੇ ਬਣਦਾ ਬੱਚੇ ਪਹਿਲੀ ਐਂਗਲੋ ਸਿੱਖ ਵਾਰ ਹੁੰਦੀ ਹੈ 1845 ਤੋਂ ਲੈ ਕੇ 46 ਦੇ ਵਿੱਚ ਆਲਰੇਡੀ ਇਹਨਾਂ ਨਾਲ ਜੰਗ ਹੋਣੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇਸ ਗੱਲ ਦੀ ਆਲਰੇਡੀ ਪੂਰੀ ਭਣਕ ਸੀ ਇਸ ਕਰਕੇ 1822 ਦੇ ਵਿੱਚ ਇਹਨਾਂ ਨੇ ਤਿਆਰੀ ਕਰਤੀ ਸੀਗੀ ਯੂਰੋਪੀਅਨ ਸਟੈਂਡਰਡਸ ਤੇ ਆਪਣੀ ਆਰਮੀ ਨੂੰ ਮਾਡਰਨਾਈਜ਼ ਕਰਨ ਦੇ ਬਾਰੇ ਹਣਾ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਡੈਥ ਤੋਂ ਬਾਅਦ ਬੱਚੇ anarchi ਛੜ ਗਈ ਸੀ ਇਸ ਕਰਕੇ ਉਹਨੂੰ ਪ੍ਰੋਪਰਲੀ ਤਰੀਕੇ ਨਾਲ ਅਸੀਂ ਡਿਫੈਂਡ ਨਹੀਂ ਕਰ ਪਾਏ ਅਦਰਵਾਈਜ਼ ਕਰ ਵੀ ਲੈਂਦੇ ਹਨਾ ਜੀ ਕਿਉਂਕਿ ਆਪਣਾ ਲੀਡਰਸ਼ਿਪ ਖਰਾਬ ਹੋ ਗਈ ਸੀ ਉਸ ਤੋਂ ਬਾਅਦ ਲੋ ਜੀ ਇਨ 1845 1846 ਪਹਿਲੀ ਐਂਗਲੋ ਸਿੱਖ ਵਾਰ ਸਟਾਰਟ ਹੁੰਦੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਹੀ ਉਦੋਂ ਆਬਵੀਅਸਲੀ ਜਿਹੜੇ ਹੈ ਮਹਾਰਾਜਾ ਸੀਗੇ ਮਹਾਰਾਣੇ ਜਿੰਦਾ ਬੱਚੇ ਆਪਣੀ ਰੈਜੈਂਸੀ ਤੇ ਗਵਰਨਰ ਜਨਰਲ ਕੌਣ ਸੀ ਗਵਰਨਰ ਜਨਰਲ ਸੀ ਬੱਚੇ ਲਾਰਡ ਹਾਰਡਿੰਗੇ ਬਹੁਤ ਜ਼ਰੂਰੀ ਗੱਲ ਯਾਦ ਰੱਖਣੀ ਹੈ ਲਾਰਡ ਹਾਰਡਿੰਗੇ ਉਸ ਵੇਲੇ ਕੌਣ ਸੀ ਆ ਗਵਰਨਰ ਜਨਰਲ ਸੀ ਬ੍ਰਿਟਿਸ਼ ਦੀ ਸਾਈਡ ਤੋਂ ਤੇ ਇਸ ਪਹਿਲੀ ਐਂਗਲੋ ਸਿੱਖ ਵਾਰ ਦੇ ਵਿੱਚ ਹੁੰਦੀਆਂ ਨੇ ਪੰਜ ਬੈਟਲਾਂ ਪੰਜ ਬੈਟਲਾਂ ਹੁੰਦੀਆਂ ਨੇ ਇਹਦੇ ਵਿੱਚ ਬੱਚੇ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ ਐਮ ਐਫ ਬੀ ਐਸ ਤੋਂ ਐਮ ਐਫ ਬੀ ਐਸ ਹਾਂ ਜੋ ਕਿਹੜੇ ਕਿਹੜੇ ਬੈਟਲ ਆਫ ਮੁੜਕੀ ਬੈਟਲ ਆਫ ਫਿਰੋਸ਼ੇਰ ਬੈਟਲ ਆਫ ਬੱਦੋਵਾਲ ਬੈਟਲ ਆਫ ਅਲੀਵਾਲ ਤੇ ਬੈਟਲ ਆਫ ਸਬਰਾਉ ਇਹ ਪੰਜ ਬੈਟਲਾਂ ਤੁਹਾਨੂੰ ਯਾਦ ਰੱਖਣੀਆਂ ਨੇ ਜਿਹੜੀਆਂ ਕਿ ਬੱਚੇ ਕਿੱਥੇ ਹੁੰਦੀਆਂ ਨੇ ਇਹ ਪੰਜ ਬੈਟਲਾਂ ਹੁੰਦੀਆਂ ਨੇ ਫਰਸਟ ਐਂਗਲੋ ਸਿੱਖ ਵਾਰਡ ਦੇ ਵਿੱਚ ਫਰਸਟ ਐਂਗਲੋ ਸਿੱਖ ਵਾਰਡ ਦੇ ਵਿੱਚ ਹੁੰਦੀਆਂ ਨੇ ਵਿੱਚ ਪੰਜ ਬੈਟਲਸ ਯਾਦ ਰੱਖਿਓ ਬੈਟਲ ਆਫ ਮੁੜਕੀ ਫਿਰੋਸ਼ੇਰ ਬੱਦੋਵਾਲ ਅਲੀਵਾਲ ਤੇ ਸਬਰਾਉ ਠੀਕ ਹੈ ਜੀ ਪਹਿਲੀ ਗ ਹੁਣ ਡੇਟਾ ਦੇ ਵਿੱਚ ਜ਼ਿਆਦਾ ਫਸਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਇੱਕ ਵਾਰੀ ਰੀਡ ਜ਼ਰੂਰ ਕਰ ਲਿਓ ਹਨਾ ਜੀ ਤੇ ਬੈਟਲ ਆਫ ਮੁੜਕੀ ਦੇ ਵਿੱਚ ਹੁਣ ਆਪਾਂ ਇਹ ਦੇਖਣਾ ਸਾਰੀਆਂ ਬੈਟਲਾਂ ਵਿੱਚ ਇਹ ਦੇਖਣਾ ਵੀ ਸਿੱਖਾਂ ਵੱਲੋਂ ਕਿਹਨੇ ਲੀਡ ਕੀਤਾ ਸੀ ਤੇ ਬ੍ਰਿਟਿਸ਼ਰਸ ਵੱਲੋਂ ਕਿਹਨੇ ਲੀਡ ਕੀਤਾ ਸੀ ਤੇ ਉਸ ਬੈਟਲ ਨੂੰ ਜਿੱਤਿਆ ਕੌਣ ਸੀ ਇਥੇ ਤੁਹਾਨੂੰ ਦੱਸ ਦੇਣਾ ਹੈ ਪੰਜ ਬੈਟਲਾਂ ਵਿੱਚੋਂ ਫਰਸਟ ਐਂਗਲੋ ਸਿੱਖ ਵਾਰ ਦੇ ਵਿੱਚੋਂ ਇੱਕ ਹੀ ਬੈਟਲ ਸੀ ਜੀ ਦੇ ਵਿੱਚ ਬੱਚੇ ਸਿੱਖਾਂ ਦੀ ਜਿੱਤ ਹੁੰਦੀ ਹੈ ਉਹ ਕਿਹੜੀ ਸੀਗੀ ਜੀ ਉਹ ਸੀਗੀ ਬੈਟਲ ਆਫ ਬੱਦੋਵਾਲ ਬੈਟਲ ਆਫ ਬੱਦੋਵਾਲ ਵਿੱਚ ਇਹਦੇ ਵਿੱਚ ਸਿੱਖਾਂ ਦੀ ਜਿਹੜੀ ਹੈ ਜਿੱਤ ਹੁੰਦੀ ਹੈ ਇਹਦੇ ਵਿੱਚ ਜਿੱਤਦੇ ਨੇ ਤੇ ਰਣਜੋਤ ਸਿੰਘ ਮਜੀਠੀਆ ਨੇ ਤੇ ਬ੍ਰਿਟਿਸ਼ਰਸ ਦੀ ਸਾਈਡ ਤੋਂ ਸੀਗਾ ਹੈਨਰੀ ਸਮਿਥ ਓਕੇ ਬੈਟਲ ਆ ਮੁੜਕੀ ਵਿੱਚ ਕੌਣ ਸੀ ਲਾਲ ਸਿੰਘ ਬ੍ਰਿਟਿਸ਼ਰਸ ਵੱਲੋਂ ਹਿਊਗੋ ਫਿਰ ਆਪਣਾ ਬੈਟਲ ਆ ਫਰੋਸ਼ ਸ਼ਹਿਰ ਦੇ ਵਿੱਚ ਲਾਲ ਸਿੰਘ ਤੇਜ ਸਿੰਘ ਦੋਨੇ ਇਕੱਠੇ ਆ ਗਏ ਫਿਰ ਵੀ ਸਰ ਹਿਊਗੋ ਇਸੀ ਬ੍ਰਿਟਿਸ਼ਰ ਜਿੱਤ ਗਏ ਸੀ ਫਿਰ ਬੈਟਲ ਆ ਬੱਦੋਵਾਲ ਦੇ ਵਿੱਚ ਰਣਜੋਤ ਸਿੰਘ ਮਜੀਠੀਆ ਆ ਗਏ ਹੈਨਰੀ ਸਮਿਥ ਬੱਚੇ ਆਪੋਜ਼ਿਟ ਚ ਸੀਗਾ ਸਿੱਖ ਜਿੱਤ ਗਏ ਬਾਕੀ ਦੋ ਬੈਟਲਾਂ ਅਲੀਵਾਲ ਅਲੀਵਾਲ ਦੇ ਵਿੱਚ ਰਣਜੋਤ ਸਿੰਘ ਹੀ ਸੀਗੇ ਤੇ ਪਿਛਲੇ ਇਧਰਲੇ ਪਾਸੇ ਹੈਂਡਰੀ ਸਮਿਥ ਸੀਗਾ ਬ੍ਰਿਟਿਸ਼ ਜਿੱਤ ਗਿਆ ਇਹ ਸਬਰਾਉਂ ਦੇ ਵਿੱਚ ਬੱਚੇ ਲਾਲ ਸਿੰਘ, ਤੇਜ ਸਿੰਘ ਤੇ ਸ਼ਾਮ ਸਿੰਘ ạtਾਰੀਵਾਲਾ ਆ ਜਾਂਦੇ ਨੇ। ਸ਼ਾਮ ਸਿੰਘ ạtਾਰੀਵਾਲਾ ਆ ਜਾਂਦੇ ਨੇ ਤੇ ਸ਼ਾਮ ਸਿੰਘ ạtਾਰੀਵਾਲਾ ਸ਼ੇਰ ਸਿੰਘ ạtਾਰੀਵਾਲਾ ਅੱਡਾ ਹੈ। ਸ਼ੇਰ ਸਿੰਘ ạtਾਰੀਵਾਲਾ ਦਾ ਸੈਕੰਡ ਐਂਗਲੋ ਸਿੱਖ ਵਾਰ ਜ਼ਿਕਰ ਆਉਂਦਾ ਇਹ ਚ ਵੀ ਬੱਚੇ ਕਨਫਿਊਜ਼ ਰਹਿੰਦੇ ਨੇ। ਸ਼ਾਮ ਸਿੰਘ ạtਾਰੀਵਾਲਾ ਐਂਗਲੋ ਸਿੱਖ ਵਾਰ 1 ਦੇ ਵਿੱਚ ਹੁੰਦਾ ਤੇ ਉਸ ਵੇਲੇ ਬ੍ਰਿਟਿਸ਼ਰਸ ਨੂੰ ਲੀਡ ਕਰਦੇ ਨੇ ਹਿਊਗੋ, ਹੈਨਰੀ ਸਮਿਥ, ਹੈਨਰੀ ਹਾਰਡਿੰਗੇ ਸਾਰੇ ਇਕੱਠੇ ਹੋ ਜਾਂਦੇ ਨੇ ਤੇ ਲਾਸਟ ਵਿੱਚ ਬ੍ਰਿਟਿਸ਼ਰਸ ਦੀ ਜਿੱਤ ਹੋ ਜਾਂਦੀ ਹੈ। ਇਹ ਪੰਜ ਬੈਟਲ ਦਾ ਵੇਰਵਾ ਰੱਟ ਲਿਓ ਰੱਟ। ਠੀਕ ਹੈ ਹੁਣ ਪਤਾ ਲੱਗ ਜਾਂਦਾ ਵੀ ਬੈਟਲ ਆਫ ਸਰਾਉਂ ਤੋਂ ਬਾਅਦ ਪਤਾ ਲੱਗ ਜਾਂਦਾ ਵੀ ਹਾਂ ਬ੍ਰਿਟਿਸ਼ ਜਿਹੜੀ ਸਿੱਖ एंपਾਇਰ ਹਾਰ ਗਿਆ ਓਵਰਆਲ ਬ੍ਰਿਟਿਸ਼ਰਸ ਤੋਂ ਫੇਰ ਹੁੰਦੀ ਹੈ ਬੱਚੇ ਫਿਰ ਤੀਜੀ ਟ੍ਰੀਟੀ ਜਿਹੜੀ ਯਾਦ ਰੱਖਣੀ ਹੈ ਟ੍ਰੀਟੀ ਆਫ ਲਾਹੌਰ ਹਣਾ ਜੀ 10 ਫਰਵਰੀ 1846 ਦੇ ਵਿੱਚ ਬੱਚੇ ਹਰਾ ਦਿੱਤਾ ਜਾਂਦਾ ਸਿੱਖ एंपਾਇਰ ਨੂੰ ਤੇ ਉਸ ਤੋਂ ਬਾਅਦ ਜਿਹੜਾ ਕੀ ਆਪਣੀ 9 ਮਾਰਚ 1846 ਦੇ ਵਿੱਚ 9 ਮਾਰਚ 1846 ਦੇ ਵਿੱਚ ਬੱਚੇ ਟ੍ਰੀਟੀ ਸਾਈਨ ਹੁੰਦੀ ਹੈ ਟੀਟੀ ਸਾਈਨ ਹੁੰਦੀ ਹੈ ਬੈਟਲ ਆਫ ਸਰਾਉਂ ਤੋਂ ਬਾਅਦ ਜਿਹਦਾ ਨਾਮ ਹੈ ਬੱਚੇ ਟ੍ਰੀਟੀ ਆਫ ਲਾਹੌਰ ਟਰੀਟੇਬਲ ਹੌਰ ਸਾਈਨ ਕੀਤੀ ਜਾਂਦੀ ਹੈ ਇਹਦੇ ਵਿੱਚ ਕਾਫੀ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਵੀ ਸਿੱਖਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਾਫੀ ਚੀਜ਼ਾਂ ਆਪਾਂ ਤਾਂ ਖੋਲ ਹੀ ਆਤੀਆਂ ਯਾਨੀ ਉਹ ਸਾਰੀਆਂ ਟਰਮਸ ਆਪਾਂ ਦੇਖ ਲੈਣੇ ਵੀ ਕੀ ਕੀ ਹੋਇਆ ਲੋ ਜੀ ਲੋ ਜੀ ਦੇਖਿਆ ਜਾਵੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਬੱਚੇ ਸੋਵਰਨ ਬਣਾਇਆ ਜਾਂਦਾ ਲਾਹੌਰ ਦਾ ਪਹਿਲੀ ਗੱਲ ਤਾਂ ਰੈਕੋਗਨਾਈਜ਼ ਕੀਤਾ ਜਾਂਦਾ 1 ਐਂਡ ਹਾਫ ਮਿਲੀਅਨ ਦੀ ਇੰਡੈਮਨਿਟੀ ਯਾਨੀ ਕਿ ਪਨਿਸ਼ਮੈਂਟ ਲਾਈ ਜਾਂਦੀ ਵੀ ਸਾਡਾ ਅੰਗਰੇਜ਼ਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਉਹਨਾਂ ਸਾਰੀ ਜਿਹੜੀ ਹੈ ਭੁਗਤਾਨ ਭੁਗਤਾ ਜਿਹੜਾ ਹੈ ਵਿੱਚ ਸਾਰਾ ਦਾ ਸਾਰਾ ਕੌਣ ਕਰ ਸੇਕ ਕਰਨਗੇ ਹਨਾ ਜੀ ਜੰਮੂ ਕਸ਼ਮੀਰ ਜਿਹੜਾ ਕਿ ਉਸ ਵੇਲੇ ਆਪਣੀ ਇੱਕ ਰਿਆਸਤ ਸੀਗੀ ਆਪਣਾ ਇੱਕ ਸੂਬਾ ਸੀ ਉਹ ਬੱਚੇ ਦੇ ਦਿੱਤਾ ਜਾਂਦਾ ਗੁਲਾਬ ਸਿੰਘ ਨੂੰ ਸੈਪਰੇਟੇਟੀ ਸਾਈਨ ਕੀਤੀ ਇਹਦੇ ਵਾਸਤੇ 1 ਕਰੋੜ ਰੁਪਏ ਚ ਠੀਕ ਹੈ ਜੀ ਕਿਉਂਕਿ ਹਾ 1 1/2 ਮਿਲੀਅਨ ਜਿਹੜੇ ਪੈਸੇ ਦੇਣੇ ਮੁਸ਼ਕਲ ਸੀਗੇ 1 ਕਰੋੜ ਚ ਕਸ਼ਮੀਰ ਵੇਚਤਾ ਗੁਲਾਬ ਸਿੰਘ ਨੂੰ ਜਿਹੜਾ ਬਿਆਸ ਤੇ ਸਤਲੁਜ ਦੇ ਵਿੱਚ ਏਰੀਆ ਸੀ ਜਿਹਨੂੰ ਆਪਾਂ ਕੀ ਕਹਿੰਦੇ ਆ ਜੀ ਅੱਜ ਦੁਆਬਾ ਕਹਿੰਦੇ ਆ ਉਹ ਦੁਆਬਾ ਜਿਹੜਾ ਹੈ ਬ੍ਰਿਟਿਸ਼ਰ ਸਕੇਪਚਰ ਕਰ ਲੈਂਦੇ ਨੇ ਤੇ ਦੋਨੇ ਕਿਨਾਰੇ ਸਤਲੁਜ ਦੇ ਦੋਨੇ ਕਿਲਾਰੇ ਕਿਨਾਰੇ ਜਿਹੜੇ ਨੇ ਸਤਲੁਜ ਦੇ ਬੈਂਕਸ ਨੇ ਉਹ ਕਿੰਨਾ ਕੋਲੇ ਚਲੇ ਜਾਂਦੇ ਨੇ ਬ੍ਰਿਟਿਸ਼ਰਸ ਕੋਲੇ ਚਲੇ ਜਾਂਦੇ ਨੇ ਬ੍ਰਿਟਿਸ਼ ਬ੍ਰਿਟਿਸ਼ਰਸ ਕੋਲੇ ਚਲੇ ਜਾਂਦੇ ਨੇ ਇਹ ਗੱਲ ਤੁਸੀਂ ਯਾਦ ਰੱਖਿਓ ਇਹ ਟ੍ਰੀਟੀ ਆਫ ਲਾਹੌਰ ਦੀਆਂ ਵਿੱਚ ਸ਼ਰਤਾਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਇਹ ਸ਼ਰਤਾਂ ਸਾਰੀਆਂ ਪੂਰੀਆਂ ਕੀਤੀਆਂ ਗਈਆਂ ਤੇ ਟ੍ਰੀਟੀ ਆਫ ਲਾਹੌਰ ਤੋਂ ਬਾਅਦ ਬੱਚੇ 1846 ਦੇ ਵਿੱਚ ਹੀ ਇੱਕ ਸਬ ਟ੍ਰੀਟੀ ਸਾਈਨ ਕੀਤੀ ਜਾਂਦੀ ਹੈ ਟ੍ਰੀਟੀ ਆਫ ਬਹਿਰੋਵਾਲ ਇੱਕ ਸਬ ਟ੍ਰੀਟੀ ਸਾਈਨ ਕੀਤੀ ਜਾਂਦੀ ਹੈ ਬੱਚੇ ਜਿਹਦਾ ਨਾਮ ਹੈ ਟ੍ਰੀਟੀ ਆਫ ਬਹਿਰੋਵਾਲ ਟ੍ਰੀਟੀ ਆਫ ਬਹਿਰੋਵਾਲ 16 ਦਸੰਬਰ 1846 ਦੇ ਵਿੱਚ ਜਿਹਦੇ ਵਿੱਚ ਬੱਚੇ ਇੱਕ ਅੱਡ ਤੋਂ ਕੌਂਸਲ ਬਣਾਈ ਜਾਂਦੀ ਹੈ ਕੌਂਸਲ ਰੈਜੈਂਸੀ ਪਹਿਲਾਂ ਵਿੱਚ ਰੈਜੈਂਟ ਕੌਣ ਸੀਗੇ ਮਹਾਰਾਣੀ ਜੀਨਦਕੌਰ ਹਨਾ ਉਹ ਦਲੀਪਕੌਰ ਦਲੀਪ ਸਿੰਘ ਜੀ ਦੇ ਬਿਹਾਫ ਤੋਂ ਜਿਹੜੇ ਹੈ ਰਾਜ ਚਲਾ ਰਹੇ ਸੀਗੇ ਸੋ ਪਰ ਮਹਾਰਾਣੀ ਜੀਨਦਕੌਰ ਜੀ ਨੂੰ ਹਟਾ ਕੇ ਟ੍ਰੀਟੀ ਆਫ ਬਹਿਰੋਵਾਲ ਦੇ ਵਿੱਚ ਇੱਕ ਅੱਠ ਸਿੱਖ ਸਰਦਾਰਾਂ ਦੀ ਇੱਕ ਕੌਂਸਲ ਬਣਾਈ ਜਾਂਦੀ ਹੈ ਵੀ ਹੁਣ ਇਹ ਰਾਜ ਕਰਨਗੇ ਦਲੀਪ ਸਿੰਘ ਜੀ ਦੇ ਬਿਹਾਫ ਤੋਂ ਹਨਾ ਜੀ ਇੱਕ ਅੱਠ ਸਰਦਾਰਾਂ ਦੇ ਵਿੱਚ ਇੱਕ ਕੌਂਸਲ ਬਣਾਈ ਜਾਂਦੀ ਆ ਅੱਠ ਸਰਦਾਰਾਂ ਦੀ ਹਨਾ ਜੀ ਇਸ ਗੱਲ ਨੂੰ ਤੁਸੀਂ ਯਾਦ ਰੱਖੋ ਕੌਂਸਲ ਆਫ ਅਜੰਸੀ ਕਹਿੰਦੇ ਸੀ ਤੇ ਉਸ ਵੇਲੇ ਰੈਜ਼ੀਡੈਂਟ ਕਿਹਨੂੰ ਪੁਆਇੰਟ ਕਰਤਾ ਹੈਨਰੀ ਲਾਰੈਂਸ ਨੂੰ ਵੀ ਹੈਨਰੀ ਲਾਰੈਂਸ ਇਹ ਧਿਆਨ ਰੱਖਣਗੇ ਵੀ ਸਿੱਖ ਜਿਹੜੇ ਰਾਜ ਚਲਾ ਰਹੇ ਨੇ ਇਹਨਾਂ ਅੱਠ ਸਰਦਾਰਾਂ ਦੇ ਬਿਹਾਫ ਤੋਂ ਕਿ ਉਹ ਠੀਕ ਚੱਲ ਰਿਹਾ ਕਿ ਨਹੀਂ ਚੈਕਸ ਐਂਡ ਬੈਲੈਂਸਸ ਰੱਖਣ ਵਾਸਤੇ ਰੈਜ਼ੀਡੈਂਟ ਰੱਖਿਆ ਗਿਆ ਹੈਨਰੀ ਲਾਰੈਂਸ ਨੂੰ ਇਸ ਤੋਂ ਗੱਲ ਨੂੰ ਤੁਸੀਂ ਯਾਦ ਰੱਖਣਾ ਤੇ ਮਹਾਰਾਜਾ ਰਣ ਮਹਾਰਾਣੀ ਰਣਜੀਤ ਕੌਰ ਜੀ ਦਾ ਬੱਚੇ ਇੰਨਾ ਜਿਹੜਾ ਹੈ અપਮਾਨ ਨਾ ਸਹੰਦੇ ਹੋਏ ਸਿੱਖਾਂ ਨੇ ਆਲਰੇਡੀ ਇੱਕ ਜਿਹੜੀ ਗਰਮੀ ਆਲਰੇਡੀ ਸੀਗੀ ਵੀ ਆਪਾਂ ਲੜਾਈ ਲੜਨ ਦੀ ਹੈ ਦੁਬਾਰੇ ਹਨਾ ਵੀ ਪਹਿਲੀ ਦੇ ਵਿੱਚ ਤਾਂ ਕਾਫੀ ਜ਼ਿਆਦਾ ਹਿਊਮਿਲੇਸ਼ਨ ਜਿਹੜੀ ਹੈ ਸਾਹਮਣਾ ਕਰਨਾ ਪਿਆ ਸੀ ਫਿਰ ਬੱਚੇ ਇੱਕ ਦੂਜੀ ਲੜਾਈ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਐਂਗਲੋ ਸੈਕੰਡ ਐਂਗਲੋ ਸਿੱਖ ਵਾਰ ਪਹਿਲੀ ਐਂਗਲੋ ਸਿੱਖ ਵਾਰ ਖਤਮ ਹੋ ਗਈ ਟ੍ਰੀਟੀ ਆਫ ਲਾਹੌਰ ਸਾਈਨ ਹੋ ਗਈ ਟ੍ਰੀਟੀ ਆਫ ਬਹਿਰਵਾਲ ਸਾਈਨ ਹੋ ਗਈ ਹਣਾ ਜੀ ਆਲਰੇਡੀ ਬਦਲਾ ਲੈਣ ਦੀ ਜਿਹੜੀ ਚਾਹ ਸੀ ਅੰਦਰ ਹੀ ਸੀਗੀ ਤੇ ਇਸ ਕਰਕੇ ਦੂਜੀ ਲੜਾਈ ਛੱਡਦੀ ਹੈ 1848 ਤੇ 49 ਦੇ ਵਿੱਚ ਇਹਨੂੰ ਇਸ ਕਹਿੰਦੇ ਸੈਕੰਡ ਐਂਗਲੋ ਸਿੱਖ ਵਾਰ ਸੈਕੰਡ ਐਂਗਲੋ ਸਿੱਖ ਵਾਰ ਲੋ ਜੀ ਇਹ ਸੈਕੰਡ ਐਂਗਲੋ ਸਿੱਖ ਵਾਰ ਦੇ ਵਿੱਚ ਹੁੰਦੀਆਂ ਨੇ ਚਾਰ ਬੈਟਲਾਂ ਫਰਸਟ ਐਂਗਲੋ ਸਿੱਖ ਵਾਰ ਦੇ ਵਿੱਚ ਕਿੰਨੀਆਂ ਹੋਈ ਸੀ ਪੰਜ ਬੈਟਲਾਂ ਤੇ ਸੈਕੰਡ ਐਂਗਲੋ ਸਿੱਖ ਵਾਰ ਚ ਹੁੰਦੀਆਂ ਨੇ ਵਿੱਚੇ ਚਾਰ ਬੈਟਲਸ ਕਿਹੜੀਆਂ ਨੇ ਇਹ ਬੈਟਲ ਆਫ ਰਾਮਨਗਰ ਬੈਟਲ ਆਫ ਚਿਲਿਆਵਾਲ ਬੈਟਲ ਆਫ ਮੁਲਤਾਨ ਤੇ ਬੈਟਲ ਆਫ ਗੁਜਰਾਤ ਬੈਟਲ ਆਫ ਗੁਜਰਾਤ ਵੈਰੀ ਗੁੱਡ ਰਜਿੰਦਰ ਤੇ ਇਹਨੂੰ ਬੱਚੇ ਆਪਾਂ ਨਿਮੋਨਿਕ ਨਾਲ ਯਾਦ ਰੱਖਣਾ ਹੈ RAM ਚੱਲਿਆ ਮੈਂ ਕਰ RAM ਚੱਲਿਆ ਮੈਂ ਕਰ ਜਦੋਂ ਮੈਂ ਬੈਟਲ ਆਫ ਰਾਮਨਗਰ RAM ਤਾਂ ਹੋ ਗਿਆ ਬੈਟਲ ਆਫ ਚਿਲਿਆਵਾਲ ਚੱਲਿਆ ਤਾਂ ਹੋ ਗਿਆ ਤੇ ਬੈਟਲ ਆਫ ਮੁਲਤਾਨ ਮੈਂ ਤਾਂ ਹੋ ਗਿਆ ਤੇ ਬੈਟਲ ਆਫ ਗੁਜਰਾਤ ਬੱਚੇ ਗੁਜਰਾਤ ਕੀ ਤਾਂ ਹੋ ਗਿਆ ਕਰ ਤਾਂ ਹੋ ਗਿਆ ਸੋ ਇਹ ਚਾਰ ਬੈਟਲ ਆ ਇਸ ਨਿਮੋਨਿਕ ਨਾਲ ਸਮਝ ਲਿਓ ਹਨਾ ਜੀ ਤੇ ਹੁਣ ਆਪਾਂ ਦੇਖਦੇ ਹਾਂ ਇਹਨੂੰ ਕਿਹਨੇ ਕਿਹਨੇ ਲੀਡ ਕੀਤਾ ਬੈਟਲ ਆਫ ਰਾਮਨਗਰ ਨੂੰ ਬੱਚੇ ਰਾਮਨਗਰ ਤੇ ਚਿਲਿਆਵਾਲ ਇਹਨੂੰ ਬੱਚੇ ਇੱਕੋ ਹੀ ਬੰਦੇ ਨੇ ਲੀਡ ਕੀਤਾ ਜਿਹਦਾ ਨਾਮ ਸੀ ਸ਼ੇਰ ਸਿੰਘ ạtਾਰੀ ਵਾਲਾ ਜਦੋਂ ਇਹ ਆਪਾਂ ਨੇ ਲਾਸਟ ਬੈਟਲ ਸੀ ਫਰਸਟ ਐਂਗਲਰ ਦੀ ਬੈਟਲ ਆਫ ਸਬਰਾਉਂ ਉੱਥੇ ਬੰਦਾ ਸੀ ਸ਼ਾਮ ਸਿੰਘ ਢਾਰੀ ਵਾਲਾ ਯਾਦ ਰੱਖਿਓ ਇਸ ਕਨਫਿਊਜ਼ਨ ਹੋ ਜਾਂਦੀ ਹੈ ਤੇ ਇੱਥੇ ਕੌਣ ਸੀ ਸ਼ੇਰ ਸਿੰਘ ਢਾਰੀ ਵਾਲਾ ਸੀ ਤੇ ਜਿੱਥੇ ਜਿੱਥੇ ਸ਼ੇਰ ਸਿੰਘ ਲੜਿਆ ਸੀ ਤੇ ਜਿੱਤ ਪ੍ਰਾਪਤ ਹੋ ਗਈ ਸੀ ਬੱਚਿਓ ਹਨਾ ਜੀ ਦੇਖੋ ਸਿੱਖ ਫੋਰਸਿਸ ਜਿੱਤ ਹੋਈ ਸੀ ਪਹਿਲੀਆਂ ਦੋ ਬੈਟਲਾਂ ਦੇ ਵਿੱਚ ਸਰਗੋਈ ਸੀ ਇਧਰਲੇ ਪਾਸੇ ਬ੍ਰਿਟਿਸ਼ਰਸ ਵੱਲੋਂ ਸਰਗੋਈ ਸੀ ਤੇ ਦੋਨਾਂ ਦੇ ਵਿੱਚ ਵਿੱਚ ਸਿੱਖ ਫੋਰਸਿਸ ਦੀ ਜਿੱਤ ਹੋ ਜਾਂਦੀ ਹੈ ਇਸ ਗੱਲ ਨੂੰ ਤੁਸੀਂ ਯਾਦ ਰੱਖੋਗੇ ਬੈਟਲ ਆਫ ਰਾਮਨਗਰ ਤੇ ਬੈਟਲ ਆਫ ਚਿਨੇਵਾਲ ਪਹਿਲੀ ਇੰਗਲਿਸ਼ ਅਖਬਾਰ ਦੇ ਵਿੱਚ ਵਿੱਚ ਇੱਕੋ ਹੀ ਬੈਟਲ ਜਿੱਤੀ ਸੀ ਆਪਾਂ ਰਣਜੋ ਸਿੰਘ ਮਜੀਠੀਏ ਦੀ ਸਰਪ੍ਰਸਤੀ ਹੇਠ ਬੈਟਲ ਆਫ ਬਦੋਵਾਲ ਹਨਾ ਜੀ ਤੇ ਇੱਥੇ ਆਪਾਂ ਪਹਿਲੀਆਂ ਦੋ ਬੈਟਲ ਤਾਂ ਜਿੱਤ ਜਾਂਦੇ ਆ ਪਰ ਜਿਹੜੀਆਂ ਅਗਲੀਆਂ ਦੋ ਬੈਟਲਾਂ ਨੇ ਇਹਦੇ ਵਿੱਚ ਵਿੱਚ ਬ੍ਰਿਟਿਸ਼ ਫੋਰਸਿਸ ਦੀ ਜਿੱਤ ਹੋ ਜਾਂਦੀ ਹੈ ਤੇ ਲਾਸਟ ਬੈਟਲ ਬੈਟਲ ਆਫ ਗੁਜਰਾਤ ਜਿਹਨੂੰ ਅਸੀਂ ਬੈਟਲ ਆਫ ਗੰਸ ਵੀ ਕਹਿੰਦੇ ਆ ਕਿਉਂਕਿ ਬੱਚੇ ਇਹਦੇ ਵਿੱਚ ਮਾਡਰਨ ਵੈਪਨਸ ਦਾ ਗੰਸ ਦਾ ਬਹੁਤ ਹੀ ਜ਼ਿਆਦਾ ਵੱਡੀ ਮਾਤਰਾ ਵਿੱਚ ਉਪਯੋਗ ਹੋਇਆ ਸੀ ਬੈਟਲ ਆਫ ਗੁਜਰਾਤ ਬੱਚੇ ਜਿਹਦੇ ਵਿੱਚ ਚਤਰ ਸਿੰਘ ਤੇ ਸ਼ੇਰ ਸਿੰਘ ਟਾਰੀ ਵਾਲਾ ਇਕੱਠੇ ਆ ਜਾਂਦੇ ਨੇ ਪਰ ਸਰਗੋ ਇਕੱਲਾ ਹੀ ਹੁੰਦਾ ਤੇ ਸਾਰਿਆਂ ਦੀ ਸਾਰਿਆਂ ਨੂੰ ਬੱਚੇ ਹਰਾ ਦਿੰਦਾ ਬੈਟਲ ਆਫ ਗੁਜਰਾਤ ਦੇ ਵਿੱਚ ਹਨਾ ਜੀ ਸੋ ਇਹਨੂੰ ਯਾਦ ਕਰਨਾ ਆਸਾਨ ਹੈ ਕਿਉਂਕਿ ਇਹਦੇ ਵਿੱਚ ਬ੍ਰਿਟਿਸ਼ਰਸ ਵੱਲੋਂ ਲੀਡ ਕੀਤਾ ਤਿੰਨ ਬੰਦਿਆਂ ਨੇ ਸਰਗੋ 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 ਹਣਾ ਜੀ ਇਧਰੋ ਸ਼ੇਰ ਸਿੰਘ ਠਾਰੀ ਵਾਲਾ ਸ਼ੇਰ ਸਿੰਘ ਠਾਰੀ ਵਾਲਾ ਲਾਸਟ ਦੇ ਵਿੱਚ ਵੀ ਚਤਰ ਸਿੰਘ ਨਾਲ ਸ਼ੇਰ ਸਿੰਘ ਠਾਰੀ ਵਾਲਾ ਤੇ ਬੈਟਲ ਮੁਲਤਾਨ ਯਾਦ ਰੱਖ ਲਿਓ ਕਿ ਦਿਆ ਯਾਦ ਕਰਨਾ ਐਮਤੋਂ ਯਾਦ ਰੱਖ ਲਿਓ ਬੈਟਲ ਮੁਲਤਾਨ ਐਮਤੋਂ ਹੈ ਤੇ ਇਸ ਸਿੱਖਾਂ ਵੱਲੋਂ ਲੀਡ ਕੀਤਾ ਬਚੇ ਮੂਲਰਾਜ ਨੇ ਤੇ ਬ੍ਰਿਟਿਸ਼ਰ ਵੱਲੋਂ ਕੀਤਾ ਜਰਨਲ ਵਿਸ਼ ਨੇ ਹਣਾ ਜੀ ਬਾਕੀ ਸਾਰਾ ਕੁਝ ਸੇਮ ਹੀ ਆ ਦੋ ਬੈਟਲਾਂ ਜਿੱਤੀਆਂ ਸੀ ਰਾਮਨਗਰ ਤੇ ਚੇਆਵੜ ਤੇ ਲਾਸਟ ਬੈਟਲ ਜਦੋਂ ਬਚੇ ਬੈਟਲ ਆਫ ਗੁਜਰਾਤ ਬਚੇ ਜਦੋਂ ਆਪਾਂ ਹਾਰ ਜਾਂਦੇ ਆ ਹਣਾ ਜੀ ਉਸ ਤੋਂ ਬਾਅਦ ਕੋਈ ਵੀ ਆਰਗੇਨਾਈਜ਼ਡ ਰੈਜ਼ਿਸਟੈਂਸ ਐਸੀ ਬ੍ਰਿਟਿਸ਼ਰਸ ਦੇ ਸਾਹ ਕੋਈ ਲੀਡਰ ਨਹੀਂ ਸੀਗਾ ਤੇ ਸਾਰਾ ਕੁਝ ਵਿਖਰਿਆ ਹੋਇਆ ਸੀ ਬ੍ਰਿਟਿਸ਼ ਜਿਹੜਾ ਸਾਰਾ ਪ੍ਰਸ਼ਾਸਨ ਹੀ ਵਿਖਰ ਗਿਆ ਸੀਗਾ ਨਾ ਹੀ ਕੋਈ ਰਾਜਾ ਨਾ ਹੀ ਕੁਝ ਸਾਰੇ ਛੋਟੇ ਛੋਟੇ ਗਰੁੱਪਾਂ ਵਿੱਚ ਬੱਚੇ ਜਿਹੜੇ ਹੈ ਡਿਵਾਈਡਡ ਹੋ ਗਏ ਸੀਗੇ ਉਸ ਤੋਂ ਬਾਅਦ ਜਿਹੜੇ ਹੈ ਬ੍ਰਿਟਿਸ਼ਰਸ ਪੂਰਾ ਦਾ ਪੂਰਾ ਪੰਜਾਬ ਨੂੰ ਅਕਵਾਇਰ ਕਰ ਲੈਂਦੇ ਨੇ ਪੰਜਾਬ ਨੂੰ ਅਕਵਾਇਰ ਕਰ ਲੈਂਦੇ ਨੇ ਬੱਚਿਓ 5 ਅਪ੍ਰੈਲ 5 ਅਪ੍ਰੈਲ 1849 1849 ਦੇ ਵਿੱਚ ਬੱਚੇ ਪੰਜਾਬ ਐਜ਼ ਅ ਸੋਵਰਨ ਸਟੇਟ ਲਾਸਟ ਦਿਨ ਹੁੰਦਾ ਉਹਦਾ ਉਸ ਤੋਂ ਬਾਅਦ ਸਾਰੀਆਂ ਟੈਰੀਟਰੀਆਂ ਬੱਚੇ ਜਿਹੜੀਆਂ ਅਕਵਾਇਰ ਕਰ ਲੇਤੀ ਜਾਂਦੀਆਂ ਨੇ ਅਕਵਾਇਰ ਕਰ ਲੇਤੀ ਇਹਦੇ ਸਾਰਾ ਦਾ ਸਾਰਾ ਰਾਜ ਜਿਹੜਾ ਹੈ ਬ੍ਰਿਟਿਸ਼ਸ ਦੇ ਅੰਡਰ ਚ ਆ ਜਾਂਦਾ ਹੈ ਠੀਕ ਹੈ ਜੀ ਸੋ ਇੱਥੇ ਤੱਕ ਬੱਚੇ ਆਪਣਾ ਅੱਜ ਦਾ ਟਾਪਿਕ ਸੀਗਾ 1849 ਦੇ ਵਿੱਚ ਹਨਾ ਜੀ ਹੁਣ ਜਿਵੇਂ ਆਪਾਂ ਨੇ ਐਵੇਂ ਟਾਪਿਕ ਕੀਤਾ ਐਵੇਂ ਹੀ ਆਪਾਂ ਕਰੰਟ ਅਫੇਅਰ ਕਰਦੇ ਹੁੰਨੇ ਹਾਂ ਜਿਹੜੇ ਬੱਚੇ ਨੂੰ ਪਤਾ ਨਹੀਂ ਹੈਗਾ ਵੀ ਕਰੰਟ ਅਫੇਅਰ ਵੀ ਚੱਲ ਰਹੇ ਨੇ ਹਰ ਰੋਜ਼ ਡੇਲੀ 9am ਕਲਾਸ ਬੱਚੇ ACE ਚੈਨਲ ਤੇ ਚੱਲਦੀ ਹੈ ਇਹਨੂੰ ਐਦਾਂ ਹੀ ਤੁਸੀਂ ਲਾਉਂਦੇ ਰਹੋ ਹਨਾ ਜੀ ਪਹਿਲੀ ਗੱਲ ਨਹੀਂ ਨੇਮ ਕਲਾਸ ਮੈਂ ਇਹੀ ਲੈਣਾ ਕਰੰਟ ਫੇਰ ਦੀ ਹਨਾ ਤੇ ਉਸ ਤੋਂ ਬਾਅਦ ਜਿਹੜੇ ਬੱਚੇ ਜਮੀ ਬੇਸਿਕ ਤੋਂ ਸਟਾਰਟ ਕਰਨੀ ਹੈ ਤਿਆਰੀ ਜਾਂ ਫਿਰ ਹਜੇ ਵਿੱਚ ਵਿਚਾਲੇ ਫਸੇ ਹੋਏ ਨੇ ਵੀ ਹਰ ਇੱਕ ਟਾਪਿਕ ਅਸੀਂ ਬੈਸਟ ਤਰੀਕੇ ਨਾਲ ਤਿਆਰ ਕਰ ਲਈਏ ਤਾਂ ਸਾਡਾ A2 ਪੰਜਾਬ ਬੈਚ ਤੁਸੀਂ ਲੈ ਸਕਦੇ ਹੋ ਆਨਲਾਈਨ ਲੈਣਾ ਆਨਲਾਈਨ ਲੈ ਲਓ ਆਫਲਾਈਨ ਲੈਣਾ ਆਫਲਾਈਨ ਲੈ ਲਓ ਦੋਨੇ ਮੋਡਸ ਵਿੱਚ ਹੈ ਆਲਰੇਡੀ ਜਿਹੜਾ ਅਸੀਂ ਡਿਸਕਾਊਂਟ ਲਾ ਰੱਖਿਆ ਉਹਦੇ 75% ਦਾ ਡਿਸਕ੍ਰਿਪਸ਼ਨ ਦੇ ਦਿੱਤੇ ਹੋਏ ਲਿੰਕ ਨਾਲ ਤੁਸੀਂ ਉਹਦਾ ਚੈੱਕ ਕਰ ਸਕਦੇ ਹੋ ਰਿਕਾਰਡਡ ਹੋਵੇ ਕਲਾਸ ਲਾਈਵ ਵੀ ਕਲਾਸ ਲਾ ਸਕਦੇ ਹੋ ਰਿਕਾਰਡਡ ਵੀ ਲਾ ਸਕਦੇ ਹੋ ਹਣਾ ਜੀ ਤੇ ਉਹ ਸਾਡੇ ਕੋਲ ਡਾਟਾ ਪਿਆ ਜਦੋਂ ਮਰਜੀ ਵੀਡੀਓ ਜਿੰਨੀ ਵਾਰੀ ਮਰਜੀ ਦੇਖ ਲਿਓ 4 ਮਹੀਨੇ ਤੁਹਾਡਾ ਕੋਰਸ ਪੂਰਾ ਕਰਾ ਦਾਂਗੇ ਐਮਸੀਕਿਊਜ਼ ਦੀ ਨੇਰੀ ਲਿਆ ਦਾਂਗੇ ਐਮਸੀਕਿਊਜ਼ ਟੈਸਟ ਸੀਰੀਜ਼ ਸਭ ਕੁਝ ਮਿਲੂਗਾ ਕੱਲਾ ਕੱਲਾ ਸਬਜੈਕਟ ਤੁਹਾਡਾ ਟੱਚ ਹੋ ਜਾਊਗਾ ਤੇ ਇਦਾਂ ਦੇ ਜੇ ਸਾਡਾ ਕੋਰਸ ਲੈਣਾ A2 ਪੰਜਾਬ ਬੈਚ ਮਾਸਟਰ ਕੋਰਸ 3.0 ਆ ਕਿਉਂਕਿ ਇਦਾਂ ਦੀ ਮਾਸਟਰ ਕੋਰਸ ਦੋ ਅਸੀਂ ਚਲਾਤੇ ਆ 1.0 2.0 ਹੁਣ 3.0 1 A to Z ਪੰਜਾਬ ਬੈ ਜਿਹੜਾ ਮਰਜੀ ਪੇਪਰ ਦੇਣਾ ਹੋਵੇ ਕਲਰਕ ਤੋਂ ਲੈ ਕੇ ਪੀਪੀਐਸਸੀ ਨੈਪ ਤਹਿਸੀਲਦਾਰ ਤੱਕ ਦੇ ਲੈਵਲ ਤੱਕ ਸਾਰੀ ਤਿਆਰੀ ਕੀਤੀ ਜਾਊਗੀ ਬੱਚੇ ਕਮਲ ਸਰ ਹੋਣਗੇ 935300041 ਆ ਨੰਬਰ ਹੈ ਠੀਕ ਹੈ ਜੀ 935300041 ਤੇ ਬੱਚੇ ਜੋ ਵੀ ਸਾਡੀਆਂ ਫਾਈਲਸ ਨੇ ਹਨਾ ਜੋ ਵੀ ਅਸੀਂ ਪੜਾਉਨੇ ਆ ਤੁਹਾਨੂੰ ਫਾਈਲ ਕਿੱਦਾਂ ਮਿਲੂਗੀ ਤਾਂ ਉਹਦੇ ਲਈ ਤੁਹਾਨੂੰ ਟੈਲੀਗ੍ਰam ਚੈਨਲ ਜੁਆਇਨ ਕਰਨਾ ਪੈਣਾ ਹੈ ਟੈਲੀਗ੍ਰam ਚੈਨਲ ਜੁਆਇਨ ਕਰ ਲਿਓ ਟੈਲੀਗ੍ਰam ਚੈਨਲ ਜੁਆਇਨ ਕਰਨਾ ਬਹੁਤ ਜ਼ਰੂਰੀ ਹੈ ਜੇ ਸਾਰੀਆਂ ਫਾਈਲਸ ਤੁਸੀਂ ਲੈਣੀਆਂ ਨੇ ਸਕਸੈਸ ਟਰੀ ਪੰਜਾਬ ਦੇਖੋ ਆ ਸਾਡਾ ਜਿਹੜਾ ਹੈ ਆ ਸਾਡਾ ਆ ਟੈਲੀਗ੍ਰam ਚੈਨਲ ਹੈ ਸਕਸੈਸ ਟਰੀ ਪੰਜਾਬ 12144 ਫੋਲੋਅਰਸ ਨੇ ਸਬਸਕ੍ਰਾਈਬਰਸ ਨੇ ਇਦਾਂ ਯਾਦ ਰਹਿ ਜਾਊਗਾ ਤੁਹਾਨੂੰ ਸਰਚ ਮਾਰ ਕੇ ਜੁਆਇਨ ਕਰ ਲਓ। ਲਓ ਜੀ। ਸੋ ਅੱਜ ਦਾ ਸੈਸ਼ਨ ਬੱਚੇ ਇੱਥੇ ਐਂਡ ਕਰਦੇ ਆਪਾਂ। ਥੈਂਕ ਯੂ so much। ਆਈ ਹੋਪ ਬੱਚੇ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਮਜ਼ਾ ਆਇਆ ਹੋਊਗਾ ਤੇ ਚੀਜ਼ਾਂ ਸਮਝ ਆਈਆਂ ਹੋਣਗੀਆਂ। ਐਵੇਂ ਹੀ ਕਰਨਾ ਚਾਹੁੰਦੇ ਹਾਂ ਤਾਂ ਹਰ ਰੋਜ਼ 9:00 a.m. ਕਲਾਸ ਜੁੜਿਆ ਕਰੋ ਮੇਰੀ ਕਰੰਟ ਅਫੇਅਰ ਵਾਲੀ ਦੇ ਵਿੱਚ। ਡਿਟੇਲ ਚ ਕਰਨਾ ਹੈ, ਬੈਚ ਖਰੀਦ ਲਓ। ਦੈਟਸ ਇਟ ਫॉर ਦਾ ਡੇ। ਥੈਂਕ ਯੂ so much ਬੱਚਿਓ। ਨਹੀਂ ਨਹੀਂ ਇਹ ਮੰਡੇ ਮੰਡੇ ਨੂੰ ਹੋਊਗੀ ਪੰਜਾਬ ਜੀ ਕੀ ਦੀ ਕਲਾਸ। ਪੰਜਾਬ ਜੀ ਕੀ ਦੀ ਕਲਾਸ ਹਰੇਕ ਮੰਡੇ ਨੂੰ ਕਰਿਆ ਕਰਾਂਗੇ ਆਪਾਂ। ਹਰ ਰੋਜ਼ ਨਹੀਂ। ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮਾ ਜੀ ਤੋਂ ਪੰਨ ਲਈ ਬ੍ਰਿਟਿਸ਼ਰਸ ਲੂਟਡ ਪੰਜਾਬ ਤੋਂ ਦੇ ਫੁੱਲਸ ਥੈਂਕ ਯੂ ਥੈਂਕ ਯੂ ਦਲਜੀਤ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਏ ਬਾਏ ਟੇਕ ਕੇਅਰ ਲੋ ਜੀ ਸ਼ੇਅਰ ਕਰ ਦਿਓ ਕਲਾਸ